खबर की नजर। हा हा सत श्री अकाल जी, प्रोग्राम खबर ते नजर राजेंद्र वाडिया शो विच स्वागत। प्यारे दर्शकों, गर्मी का कहर जारी है और पारा कई थावां दे साडे देश दे विच पंजाब दे नेड़े पहुंच जांदा है और पंजाब दे विच कल भी 45 ते 46 ते दरमियान पारा सी, मतलब बाबा गर्मी पै रही है। मैं खबर पहला क्यों लै रहा है, क्योंकि एक बड़ा मजाक बनिया होया है बरतानिया दे विच, उत्थे गर्मी दे लई अलर्ट जारी होया। क्यों अलर्ट जारी होया? ब्रिटेन दे विच कहदे जी पारा 26 डिग्री तक पहुंच गया, गर्मी दा अलर्ट जारी हो गया, 26 तक पहुंच गया। ते उत्थे लोग मजाक करदे ने, खास तौर ते इंडियंस, कि एडू दुगनी गर्मी च साडे लोग झोना ला रहे ने, ਤੁਸੀਂ ਦੇਖੋ 26 ਡਿਗਰੀ ਤੇ ਵੀ ਹੁਣ ਘਰਾਂ ਚ ਬੈਠ ਕੇ ਹਾਹਾਕਾਰ ਮੱਚੀ ਪਈ ਹੈ ਜੀ, ਇੰਨਾ ਕੁਛ ਹੋ ਗਿਆ। ਸੋ ਇਹ ਜਿਹੜਾ ਮਜ਼ਾਕ ਦਾ ਇਸ਼ੂ ਬਣ ਗਿਆ ਉੱਥੇ। ਖੈਰ, ਜਿਹੜਾ ਪਾਰਾ ਉਹ ਤਾਂ ਬਹੁਤ ਜ਼ਿਆਦਾ ਨੁਕਸਾਨ ਤਾਂ ਪਹੁੰਚਾਏਗਾ, ਆਮ ਲੋਕ ਵੱਡੀ ਗਿਣਤੀ ਚ ਮੌਤਾਂ ਦਾ ਹੋਣਾ, ਲੂ ਲੱਗਣੀ, ਇਹ ਸਾਰਾ ਕੁਛ ਹੈ। ਕੰਮ ਦੀ ਕਪੈਸਿਟੀ ਘੱਟ ਜਾਂਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਇਹ ਗਰਮੀ ਜਿਹੜੀ ਹੈ, ਉਹ ਪੱਖੇ ਤਾਂ ਕੁਛ ਕਰ ਨਹੀਂ ਸਕਦੇ, ਅੱਜ ਕੱਲ੍ਹ ਏਸੀ ਚੱਲਦੇ ਨੇ, ਤੇ ਘਰਾਂ 'ਚ ਵੀ ਝੋਨੇ ਕਾਰਨ ਵੀ ਮੋਟਰਾਂ ਦੀ ਬਿਜਲੀ ਦੀ ਪੈਦਾਵਾਰ ਜਿਹੜੀ ਹੈ ਵੱਧ ਜਾਂਦੀ, ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਇਹ ਤਾਂ ਸਿਰਫ ਇਹ ਦੱਸਣਾ ਸੀ ਕਿ ਅੰਗਰੇਜ਼ਾਂ ਦਾ ਹਾਲ ਇਹ ਹੋਇਆ ਪਿਆ ਕਿ ਉਹ 26 ਡਿਗਰੀ ਤੋਂ ਘਬਰਾਏ ਫਿਰਦੇ ਨੇ ਤੇ ਸਾਡੇ ਵਾਲੇ 50 'ਚ ਕੰਮ ਕਰਦੇ ਫਿਰਦੇ ਨੇ। ਇੰਨੀ ਕੁ ਗੱਲ ਸ਼ੁਰੂ 'ਚ ਦੱਸਣੀ ਸੀ, ਲੇਕਿਨ ਜਿਹੜੀ ਖਬਰ ਮੈਂ ਲੈਣੀ ਹੈ ਜਾਂ ਲੈਣੀਆਂ ਨੇ, ਉਹਨਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਦੀਆਂ 2-3 ਖਬਰਾਂ। ਕੱਲ੍ਹ ਜਿਵੇਂ ਉਹ ਬੋਲੇ, ਪ੍ਰੈਸ ਕਾਨਫਰੰਸ ਕੀਤੀ, ਪਹਿਲਾਂ ਉਹਨਾਂ ਨੇ DC's ਨਾਲ ਗੱਲ ਕੀਤੀ, ਫਿਰ SSP's ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਆਪਣੇ MLA ਦੀ ਵੀ ਗੱਲ ਕੀਤੀ ਵੀ ਉਹਨਾਂ ਦੀ ਗੱਲ ਤੁਸੀਂ ਕਿਉਂ ਨੀ ਸੁਣਦੇ, ਉਹ ਵੀ ਗੱਲ ਕਰਨੀ ਹੈ। ਫਿਰ NEET ਦੀਆਂ ਖਬਰਾਂ ਵੀ ਲੈਣੀ ਹੈ ਆਪਾਂ। NEET ਦੇ ਵਿੱਚ ਸੱਚ ਮੁੱਚੀ 24 ਲੱਖ ਬੱਚਿਆਂ ਦੇ ਨਾਲ ਧੋਖਾ ਤਾਂ ਹੋਇਆ ਹੈ, ਜਿਹੜੇ ਗਰੀਬ ਬੱਚੇ ਨੇ, ਜਿਹੜੇ 30-30 ਲੱਖ ਦੇ ਕੇ ਜਿਹਨਾਂ ਨੇ ਆਪਦੇ ਵਿਸ਼ੇਸ਼ ਸੈਂਟਰ ਅਲਾਟ ਕਰਾਤੇ ਸੀ, ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ। ਤੇ ਨਾਲ ਲੱਗਦਾ ਹੈ ਕਿ ਹੁਣ ਇਹ ਮੋਦੀ ਸਰਕਾਰ ਨਹੀਂ, ਇਹ NDA ਦੀ ਸਰਕਾਰ ਹੈ, ਕਿਉਂਕਿ ਹੁਣ ਉਹ ਵਿਸਾਖੀਆਂ ਤੇ ਖੜੀ ਹੈ। ਅਪੋਜੀਸ਼ਨ ਦੀ ਗੱਲ ਸ਼ਾਇਦ ਮੰਨੀ ਜਾ ਰਹੀ ਹੈ ਕਿ ਜਿਹੜਾ ਡਿਪਟੀ ਸਪੀਕਰ ਹੈ ਉਹ ਅਪੋਜੀਸ਼ਨ ਚੋਂ ਹੋਏਗਾ, ਵਿਰੋਧੀ ਦਲ ਚੋਂ ਹੋਏਗਾ। ਇਉਂ ਲੱਗਦਾ ਮੋਦੀ ਸਾਹਿਬ ਕਹਿ ਦੇ, ਮੈਂ ਤਾਂ ਗੰਗਾ ਦਾ ਪੁੱਤਰ ਹਾਂ, ਗੰਗਾ ਨੇ ਮੈਨੂੰ ਗੋਦ ਲਿਆ। ਇਹ ਵੀ ਗੱਲ ਕਰਾਂਗੇ ਕਿ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ, ਉਹਨਾਂ ਦਾ ਜਿਹੜਾ ਵਿਰੋਧੀ ਧੜਾ ਉਹ ਦਿਨ ਬਰ ਦਿਨ ਵੱਡਾ ਹੁੰਦਾ ਜਾ ਰਿਹਾ, ਹੋਰ ਕਈ ਬੰਦੇ ਸ਼ਾਮਿਲ ਹੋ ਗਏ ਨੇ। ਕਿਹੜੇ ਕਿਹੜੇ ਸ਼ਾਮਿਲ ਹੋਏ ਨੇ ਵਿਰੋਧੀ ਧੜੇ 'ਚ, ਇਹ ਵੀ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ, ਹਾਲਾਂਕਿ ਜਦੋਂ G7 ਦੇ ਵਿੱਚ ਗਏ ਸੀ ਮੋਦੀ ਸਾਹਿਬ ਇਟਲੀ, ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦੇ ਹਾਂ, ਪਰ ਉਹ ਆਪਣੇ ਕੈਮ ਨੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਤੇ। ਅਤੇ G18 June 23 ਦੇ ਵਿੱਚ ਕਤਲ ਹੋਇਆ ਸੀ ਹਰਦੀਪ ਸਿੰਘ ਨਿੱਜਰ ਦਾ, ਅਤੇ ਕੱਲ੍ਹ ਜਦੋਂ ਉਹਦੀ ਬਰਸੀ ਬਣਾਈ ਗਈ ਔਰ ਹਾਊਸ ਆਫ ਕਾਮਨ ਯਾਨੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ, ਇਹਦੀ ਵੀ ਗੱਲ ਕਰਨੀ ਹੈ।
ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਜਲੀ ਦੇ ਸੰਕਟ ਤੇ ਹੋ ਸਕਦਾ ਪੈਦਾ, ਉਹਦੀ ਗੱਲ ਕਰਨੀ ਹੈ। ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਹੋਰ ਵਾਇਰਲ ਹੋਈ ਹੈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ, ਉਹਦਾ ਜ਼ਿਕਰ ਕਰਨਾ ਬਣਦਾ ਹੈ। ਤੇ ਜੇਕਰ ਇਹ ਵੀ ਕਰਨਾ ਬਣਦਾ ਹੈ ਕਿ ਖ਼ਬਰਾਂ ਜਦੋਂ ਬਣਦੀਆਂ ਹੁੰਦੀਆਂ ਨੇ ਨਾ, ਮੰਨ ਲਓ ਕੋਈ ਬੀਜੇਪੀ ਦਾ ਨੇਤਾ ਅਮਿਤ ਸ਼ਾਹ ਨੂੰ ਚਿੱਠੀ ਲਿਖ ਰਿਹਾ ਕਿ ਜੀ ਮੈਨੂੰ ਤੁਸੀਂ ਸੁਰੱਖਿਆ ਦਿਓ, ਤੇ ਉਹ ਕੋਈ ਜ਼ਿਆਦਾ ਖ਼ਬਰ ਨਹੀਂ ਕਿ ਉਹ ਸਾਰੇ ਲਿਖੀ ਜਾਂਦੇ ਨੇ, ਪਰ ਅੱਜ ਇੱਕ ਖ਼ਬਰ ਬਣੀ ਜਗਮੋਹਨ ਸਿੰਘ ਰਾਜੂ ਨੇ ਬਣਾਈ, ਜਨਰਲ ਸਕੱਤਰ ਨੇ ਉਹ ਬੀਜੇਪੀ ਦੇ ਪੰਜਾਬ ਦੇ ਵਿੱਚ ਸਾਬਕਾ IAS ਅਫਸਰ, ਉਹਨਾਂ ਨੇ ਚਿੱਠੀ ਲਿਖੀ ਹੈ ਕਿ ਜਿਹੜੀ ਮੇਰੀ ਸੁਰੱਖਿਆ ਸਤਰੀ ਵਾਪਸ ਲੈ। ਇਹ ਕਿਉਂ ਲਿਖਿਆ ਸਾਰੀ ਗੱਲਬਾਤ ਆਪਾਂ ਕਰਦੇ ਹਾਂ, ਲੇਕਿਨ ਪਹਿਲਾਂ ਆਪਾਂ ਇੱਕ ਦੋ ਖ਼ਬਰਾਂ ਜਿਹੜੀਆਂ ਵੱਡੀਆਂ ਅੱਜ ਦੀਆਂ ਕਹਿ ਸਕਦੇ ਹਾਂ ਕਿ ਮਾਨ ਸਾਹਿਬ ਨੇ ਬਣਾਈਆਂ ਨੇ, ਉਹਨਾਂ ਦਾ ਜ਼ਿਕਰ ਕਰ ਲਈਏ। ਮਾਨ ਸਾਹਿਬ ਪਿਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ। ਇਹ ਕਾਰਨ ਜੋ ਨਜ਼ਰ ਆਉਂਦਾ ਉਹ ਇਹ ਹੈ ਕਿ ਉਹਨਾਂ ਦੀ ਹਾਰ ਤੋਂ ਬਾਅਦ ਲੱਗ ਰਿਹਾ ਸੀ, ਪਹਿਲਾਂ ਤਾਂ ਉਹਨਾਂ ਨੂੰ 13-0 ਦਾ ਜਦੋਂ ਨਾਰਾ ਦਿੰਦੇ ਸੀ ਨਾ ਭਗਵੰਤ ਮਾਨ ਨੂੰ ਲੱਗ ਰਿਹਾ ਸੀ ਅਸੀਂ ਬਿਜਲੀ ਮੁਫ਼ਤ ਕਰਤੀ ਤੇ ਬਹੁਤ ਕੁਛ ਕਰਤਾ, ਲੋਕ ਇਹ ਕਹਿੰਦੇ ਬਿਜਲੀ ਮੁਫ਼ਤ ਕੀ ਹੈ, ਅਸੀਂ ਕਹਿੰਦੇ ਸਾਡੀ ਤਾਂ ਪਹਿਲੀ ਮੁਫ਼ਤ ਸੀ ਜਿਹੜੀ ਉਹਨਾਂ ਨੂੰ ਇਹ ਬਿਜਲੀ ਮੁਫ਼ਤ ਦਾ ਲਾਰਾ ਕੋਈ ਜ਼ਿਆਦਾ ਨਹੀਂ, ਬੀਬੀਆਂ ਇਸ ਕਰਕੇ ਨਾਰਾਜ਼ ਕਿ ਉਹਨਾਂ ਨੂੰ 1000 ਰੁਪਇਆ ਜਾਂ 1100 ਜਿਹੜਾ ਕਿਹਾ ਉਹ ਨਹੀਂ ਮਿਲਿਆ। ਯਾਨੀ ਹਰੇਕ ਸੈਕਟਰ ਦੇ ਵਿੱਚ ਜਿਹੜੇ ਮੁਲਾਜ਼ਮ ਸੀ ਪੈਨਸ਼ਨਰ ਸੀ ਉਹ ਕਾਫੀ ਹੱਦ ਤੱਕ ਨਾਰਾਜ਼ ਸੀ, ਲੇਕਿਨ ਜ਼ਿਆਦਾ ਵੱਡੀ ਗਿਣਤੀ 'ਚ ਜੋ ਮਾਨ ਸਾਹਿਬ ਨੂੰ ਪਤਾ ਲੱਗਿਆ ਲੋਕ ਨਾਰਾਜ਼ ਇਸ ਕਰਕੇ ਸੀ ਕਿ ਜਿਹੜੇ ਤਹਿਸੀਲਾਂ ਦੇ ਵਿੱਚ ਕੰਮ ਜਿਹੜਾ ਹੈ ਉਹ ਪੈਸੇ ਤੋਂ ਬਿਨਾਂ ਨਹੀਂ ਹੁੰਦਾ ਸੀ, ਦਾਅਵੇ ਸੀ ਕਿ ਅਸੀਂ ਕਰਪਸ਼ਨ ਖਤਮ ਕਰਤੀ, ਹੁਣ ਤਾਂ ਮੰਨ ਹੀ ਗਏ, ਮਾਨ ਸਾਹਿਬ ਖੁਦ ਮੰਨਦੇ ਨੇ, ਦੋ ਗੱਲਾਂ ਤਾਂ ਉਹ ਆਪਦੀ DCA ਦੀ ਮੀਟਿੰਗ 'ਚ ਮੰਨ ਗਏ ਕਿ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ ਤੇ ਤਹਿਸੀਲ ਪੱਧਰ ਤੇ ਜਿਹੜਾ ਹੈ ਕਰਪਸ਼ਨ ਚੱਲਦੀ ਹੈ, ਭ੍ਰਿਸ਼ਟਾਚਾਰ ਤੋਂ ਬਿਨਾਂ ਕੰਮ ਨਹੀਂ ਹੁੰਦਾ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਕਿਹਨਾਂ ਨੇ ਦੱਸਿਆ, ਉਹਨਾਂ ਦੇ ਜਿਹੜੇ ਆਪਦੇ MLA ਉੱਥੇ ਪਹੁੰਚੇ ਜਾਂ ਉਹਨਾਂ ਦੇ ਜਿਹੜੇ ਅਹੁਦੇਦਾਰ ਸੀ ਉਹਨਾਂ ਨੇ ਦੱਸਿਆ ਸੀ ਤਾਂ ਹਾਰੇ ਹਾਂ। ਉਹ ਇਸ ਨੂੰ ਲੈ ਕੇ ਉਹਨਾਂ ਨੇ ਆਪਦੀ ਹਾਰ ਦਾ ਠਿਕਰਾ ਇੱਕ ਕਿਸਮ ਨਾਲ ਅਫਸਰਸ਼ਾਹੀ ਤੇ ਭੰਨਤਾ, ਜਾਂ ਇਹ ਕਹੀਓ ਕਹਿ ਸਕਦੇ ਹਾਂ ਆਪਾਂ ਕਿ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਜਿਹੜੇ ਅਫਸਰ ਸੀ, ਖਾਸ ਤੌਰ ਤੇ ਜਿਹੜੇ DC ਤੇ SSP ਜਿਹਨਾਂ ਦੇ ਕਹੇ, MLA ਦੇ ਕਹੇ ਤੋਂ ਜਿਹਨਾਂ ਨੇ ਕਦੇ ਕੰਮ ਨਹੀਂ ਕੀਤਾ, ਇਸ ਕਿਸਮ ਦੀ ਗੱਲ ਨਜ਼ਰ ਆਉਂਦੀ ਹੈ। ਹੁਣ ਜਿਹੜੀ DC ਦਾ ਗੱਲ ਕਰੀ, ਉਹਨਾਂ ਦਾ ਸਿੱਧੇ ਹੀ ਇੰਨੀ ਚਾੜ ਚੱਪ ਇੱਕ IAS ਅਫਸਰਾਂ ਦੀ ਜਦੋਂ ਮੀਟਿੰਗ ਚੋਂ ਕਰਦੇ ਨੇ ਕਿ ਜਾਂ ਕੰਮ ਕਰੋ ਜਾਂ ਕੁਰਸੀ ਛੱਡੋ, ਮੈਂ ਤੁਹਾਨੂੰ ਚੰਡੀਗੜ੍ਹ ਬਦਲ ਦਿੰਦਾ ਜੇ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਹੇਠਲੇ ਪੱਧਰ ਤੇ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਇਹ ਹੱਦ ਤੱਕ ਰੁਕਿਆ ਨਹੀਂ, ਜਦੋਂ ਵਿਰੋਧੀ ਕਹਿੰਦੇ ਨੇ ਉਦੋਂ ਨੀ ਮੰਨੇ, ਉਹ ਤਾਂ ਕਹਿੰਦੇ ਗੁਜਰਾਤ ਚ ਜਾ ਕੇ ਤੀਜੇ ਦਿਨ ਹੀ ਕਹਿੰਦੇ ਸੀ ਦੇਖੋ ਮਾਨ ਸਾਹਿਬ ਨੇ ਕੇਜਰੀਵਾਲ ਨੇ ਕਹਿਤਾ ਸੀ ਕਿ ਭ੍ਰਿਸ਼ਟਾਚਾਰ ਉੱਥੇ ਖਤਮ ਕਰਤਾ ਇੱਕ ਵਟਸਐਪ ਨੰਬਰ ਦੇ ਕੇ, ਤੇ ਹੁਣ ਆਪ ਮੰਨਦੇ ਨੇ 2.5 ਸਾਲਾਂ ਚ ਕਿ ਭ੍ਰਿਸ਼ਟਾਚਾਰ ਨਹੀਂ ਰੁਕਿਆ, ਲੋਕਾਂ ਦੀ ਖੱਜਲ ਖੁਆਰੀ ਨਹੀਂ ਰੁਕੀ, ਤਹਿਸੀਲ ਪੱਧਰ ਤੇ ਭ੍ਰਿਸ਼ਟਾਚਾਰ ਬਹੁਤ ਚੱਲ ਰਿਹਾ ਹੈ, ਤੇ ਹੁਣ ਉਹ ਕਹਿੰਦੇ ਜੇ ਕੋਈ ਹਾਲੇ ਵੀ ਚ ਕੰਮ ਹੋਊਗਾ ਅੱਗੇ ਤੋਂ ਉਹਦੇ ਲਈ DC ਵੀ ਜ਼ਿੰਮੇਵਾਰ ਹੋਊਗਾ ਤੇ SSP ਵੀ ਜ਼ਿੰਮੇਵਾਰ ਹੋਊਗਾ। ਇਹ ਉਹਨਾਂ ਨੇ ਕਿਹਾ ਜੋ ਵੀ ਅਸੁਵਿਧਾ ਹੁੰਦੀ ਹੈ ਉਹਦੇ ਲਈ ਅਫਸਰ ਜ਼ਿੰਮੇਵਾਰ ਹੋਣਗੇ। ਵੈਸੇ ਮਾਨ ਸਾਹਿਬ ਅਫਸਰ ਜ਼ਿੰਮੇਵਾਰ ਕਿਵੇਂ ਹੋਣਗੇ, ਲੋਕਾਂ ਨੇ ਜਿਤਾ ਕੇ ਤਾਂ ਭੇਜੇ ਨੇ ਤੁਹਾਡੇ MLA ਜਿਨ੍ਹਾਂ ਦਾ ਕੱਲ ਜ਼ਿਕਰ ਕੀਤਾ ਮਾਨ ਸਾਹਿਬ ਨੇ ਕਿ ਜੇ ਕੋਈ ਵੀ ਪਾਰਟੀ ਦਾ ਹੋਵੇ MLA ਲੋਕਾਂ ਦਾ ਚੁਣਿਆ ਹੋਇਆ, ਤੁਸੀਂ ਉਹਦੀ ਗੱਲ ਸੁਣਨੀ ਹੈ, ਤੁਸੀਂ ਉਹਨੂੰ ਸਤਿਕਾਰ ਦੇਣਾ, ਤੁਸੀਂ ਉਹਦੀ ਸ਼ਿਕਾਇਤ ਸੁਣ ਕੇ ਕੰਮ ਕਰਨਾ, ਇਹ ਕੱਲ ਹਦਾਇਤ ਦਿੱਤੀ ਗਈ ਹੈ ਉੱਥੇ ਜਦੋਂ ਮਾਨ ਸਾਹਿਬ ਦੀ ਮੀਟਿੰਗ ਹੋਈ ਸੀ SSP ਨਾਲ। SSP ਮੀਟਿੰਗ ਤੋਂ ਬਾਅਦ ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਕੀਤੀਆਂ
ਉਹ ਵੀ ਅਹਿਮ ਨੇ। 10,000 ਮੁਲਾਜ਼ਮਾਂ ਨੂੰ ਇਸ ਕਰਕੇ ਬਦਲ ਰਹੇ ਹੈ ਕਿ ਇਸ ਜਦੋਂ ਨਾਲ ਗੌਰਵ ਯਾਦਵ ਬੈਠੇ ਸੀ DGP, ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਜੀ ਇਸ ਕਿੰਨੇ ਬਦਲੇ ਜੀ, ਕਹਿੰਦੇ 10,000 ਦੀ ਬਦਲੀ ਕਰਨੀ ਹੈ ਸਫਾਈ ਤੋਂ ਲੈ ਕੇ ਅੱਗੇ ਤੱਕ ਸਭ ਦੀ। ਕਿਉਂ ਬਦਲਣੇ ਨੇ, ਕਿਉਂ ਜੀ, ਕਹਿੰਦੇ ਇੱਥੇ ਜਦੋਂ ਰਹਿੰਦੇ ਨੇ ਨਾ, ਇਹ ਇਹਨਾਂ ਦੀਆਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਨੇ, ਦੋਸਤੀਆਂ ਬਣ ਜਾਂਦੀਆਂ ਨੇ, ਤਸਕਰਾਂ ਨਾਲ ਸੰਬੰਧ ਬਣ ਜਾਂਦੇ ਨੇ। ਤੇ ਫਿਰ ਮਾਨ ਸਾਹਿਬ ਕਹਿੰਦੇ ਜਿਹਦਾ ਵੀ ਤਸਕਰ ਨਾਲ, ਸਮਗਲਰ ਨਾਲ ਥੋੜਾ ਵੀ ਸੰਬੰਧ ਪਤਾ ਲੱਗਿਆ, ਉਸ ਨੂੰ ਅਸੀਂ ਉਹਦੀ ਵਰਦੀ ਉਤਾਰ ਦਾਂਗੇ, ਸਸਪੈਂਡ ਨਹੀਂ ਕਰਨਾ, ਨੌਕਰੀ ਤੋਂ ਕੱਢਾਂਗੇ, ਨਾਲੇ ਉਹ ਫੜਾਂਗੇ ਤੇ ਉਹਦੀ ਇਨਵੈਸਟੀਗੇਸ਼ਨ ਕਰਕੇ ਪਤਾ ਕਰਾਂਗੇ ਵੀ ਕਦੋਂ ਤੋਂ ਇਹ ਕੰਮ ਕਰ ਰਿਹਾ ਤੇ ਕਿਹਦੇ ਨਾਲ ਰਲ ਕੇ ਕਰ ਰਿਹਾ ਹੈ। ਇਹ ਉਹਨਾਂ ਨੇ ਕਿਹਾ ਤੇ ਨਾਲ ਉਹਨਾਂ ਨੇ ਕਿਹਾ ਕਿ ਲੋੜ ਪਈ ਮੈਂ ਕਾਨੂੰਨ ਵੀ ਬਣਾ ਦੂੰਗਾ, ਨਹੀਂ ਤਾਂ 1 ਹਫ਼ਤੇ ਦੇ ਅੰਦਰ ਅੰਦਰ ਜਿਹੜਾ ਵੀ ਤਸਕਰ ਫੜਾਇਆ ਜਾਂਦਾ ਉਹਦੀ ਜਾਇਦਾਦ ਜਿਹੜੀ ਹੈ ਉਹ ਅਟੈਚ ਕਰ ਲਈ ਜਾਊਗੀ। ਇਹ ਵੀ ਇੱਕ ਵੱਡਾ, ਕਿਉਂਕਿ ਆਖਰ ਪੈਸੇ ਲਈ ਕਰਦੇ ਨੇ ਨਾ ਕੰਮ ਜਿਹੜੇ ਕਰਦੇ ਨੇ। ਸੋ ਜ਼ਿਆਦਾ ਕੰਮ ਜਿਹੜਾ ਲਗਾਤਾਰ ਅਸੀਂ ਆਪਣੀ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਨਸ਼ਿਆਂ ਦੇ ਮਾਂ ਵਿੱਚ ਨਸ਼ਾ ਮੁੱਦਾ ਕਿਉਂ ਨਹੀਂ ਬਣਿਆ, ਜਿਹਨੇ ਥੋੜ੍ਹਾ ਜਿਹਾ ਵੀ ਨਸ਼ੇ ਦੀ ਗੱਲ ਕੀਤੀ ਉਹਨੂੰ ਲੋਕਾਂ ਨੇ ਦੇਖੋ ਕਿੰਨਾ ਭਰਵਾ ਹੁੰਗਾਰਾ ਦਿੱਤਾ, ਜੇਲ੍ਹ 'ਚ ਬੈਠੇ ਨੂੰ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ। ਸੋ ਨਸ਼ਿਆਂ ਦਾ ਮੁੱਦਾ ਬਣਨਾ ਚਾਹੀਦਾ ਸੀ। ਹੁਣ ਸੁਨੀਲ ਜਾਖੜ ਨੇ ਗੱਲ ਚੱਕੀ ਸੀ ਕਿ 14 ਦਿਨਾਂ 'ਚ, ਹਾਲਾਂਕਿ 16 ਦਿਨਾਂ 'ਚ 16 ਮੌਤਾਂ ਸੀ। ਖੈਰ ਚਲੋ, ਇਹ ਤਾਂ ਹਰੋਜ਼ ਹੀ ਹੁੰਦੀਆਂ ਨੇ। ਗੱਲ ਹੈ ਕਿ ਹੁਣ ਕੱਲ੍ਹ ਦੀ ਮੀਟਿੰਗ 'ਚ ਜ਼ਿਆਦਾ ਟਾਈਮ ਨਸ਼ਿਆਂ 'ਤੇ ਰਿਹਾ, ਜਿਹੜੀ ਗੱਲ ਉਹਨਾਂ ਨੇ ਕੀਤੀ ਕਿ ਅਸੀਂ ਨਸ਼ੇ ਜਿਹੜੇ ਹੈ ਉਹ ਨੈਕਸਸ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਉਹਨਾਂ ਨੇ ਕਿਹਾ। ਵੈਸੇ ਗੌਰਵ ਯਾਦਵ ਕਹਿੰਦੇ ਕਿ 2 ਸਾਲਾਂ 'ਚ ਅਸੀਂ 469 ਕੇਸਾਂ 'ਚ 200 ਕਰੋੜ ਦੀ ਜਾਇਦਾਦ ਤਫਤੀਸ਼ ਕੀਤੀ ਹੈ। ਇਹ ਵੀ ਕਿਹਾ ਤੇ ਨਾਲ ਇਹ ਵੀ ਦੱਸਿਆ ਕਿ 9,000 ਪੈਡਲਰ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੀ ਲਿਸਟ ਤਿਆਰ ਕਰ ਲਈ, ਬਸ ਜਲਦੀ ਕਾਰਵਾਈ ਕਰਾਂਗੇ। ਵੈਸੇ ਮਾਨ ਸਾਹਿਬ ਫਿਰ ਉਹੀ ਗੱਲ ਕਰਕੇ ਕਹਿੰਦੇ ਨਸ਼ਾ ਤਾਂ ਗੁਜਰਾਤ ਤੋਂ ਆਉਂਦਾ ਹੈ, ਬਦਨਾਮ ਪੰਜਾਬੀ ਹੁੰਦੇ ਨੇ। ਕੁਛ ਵੀ ਹੋਵੇ, ਕੱਲ੍ਹ ਜਿਹੜੀ ਗੱਲ ਤੋਂ ਬਾਅਦ, ਜਿਹੜੀ SSP ਦੀ ਗੱਲ ਤੋਂ ਬਾਅਦ 2 ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ MLA ਦੀ ਗੱਲ ਸੁਣੋ, ਵਿਧਾਇਕਾਂ ਦੀ ਗੱਲ ਸੁਣੋ, ਉਹਨਾਂ ਨੂੰ ਇੱਜ਼ਤ ਦਿਓ। ਦੂਜੀ ਗੱਲ ਉਹਨਾਂ ਕਿਹਾ ਵੀ ਨਸ਼ੇ ਰੋਕੋ, ਨਹੀਂ ਤਾਂ ਕੰਮ ਜਿਹੜਾ ਤੁਹਾਡਾ ਖਰਾਬ ਹੋ ਜਾਣਾ ਹੈ। ਤੇ ਵੈਸੇ ਨਸ਼ਿਆਂ ਦੇ ਮਾਮਲੇ 'ਚ ਹੁਣ ਥੋੜ੍ਹੀ ਸਰਗਰਮੀ ਤਾਂ ਦਿਖਾ ਰਹੇ ਨੇ। ਮੁਕਤਸਰ ਸਾਹਿਬ ਦੀ ਮੈਂ ਖ਼ਬਰ ਦੇਖ ਰਿਹਾ ਸੀ, ਕੁੜੀ ਨੂੰ ਪਰਿਵਾਰ ਵਾਲਿਆਂ ਨੇ ਬੰਨ੍ਹ ਕੇ ਰੱਖਿਆ ਹੋਇਆ ਸੀ, ਕਿਉਂਕਿ ਉਹ ਨਸ਼ਾ ਲੈਂਦੀ ਸੀ। ਉਹਨੂੰ ਚੜਾਇਆ, ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਤੇ ਪੁਲਿਸ ਵਾਲੇ ਗਏ ਉੱਥੇ। ਵੈਸੇ ਵੀ ਹੁਣ ਜਿਹੜਾ ਇਹ ਇਹਨਾਂ ਨੂੰ ਕਿਹਾ, ਕੱਲ੍ਹ ਸਮਝਾਇਆ, ਪਤਾ ਨਹੀਂ ਸਮਝਾਇਆ ਜਾਂ ਜੋ ਵੀ ਹੋਇਆ, ਕਹਿੰਦੇ ਜੀ ਪੁਲਿਸ ਮਿਸ਼ਨ ਦੇ ਤਹਿਤ ਕੰਮ ਕਰੇ, ਹੁਣ ਤੱਕ ਤੁਸੀਂ ਕਮਿਸ਼ਨ ਦੇ ਤਹਿਤ ਕੰਮ ਕਰਦੇ ਸੀ। ਆਹ ਮੋਦੀ ਸਾਹਿਬ ਵਾਂਗੂ ਇਸ ਤਰ੍ਹਾਂ ਦੀਆਂ ਕਾਫੀ ਗੱਲਾਂ ਕੱਢ ਕੇ ਲਿਆਉਂਦੇ ਨੇ ਮਾਨ ਸਾਹਿਬ ਵੀ। ਤੇ ਨਾਲ ਫਿਰ ਛਾਪੇਮਾਰੀ ਵੀ ਸ਼ੁਰੂ ਕੀਤੀ ਹੈ ਪੁਲਿਸ ਵਾਲਿਆਂ ਦੀ ਚੈਕਿੰਗ ਦੇ ਲਈ, ਤੇ ਛਾਪੇਮਾਰੀ ਥਾਣਿਆਂ 'ਚ ਹੋ ਰਹੀ ਹੈ। ਕੱਲ੍ਹ ਸਵੇਰੇ ਸਵੇਰੇ ਟਾਂਡਾ ਥਾਣਾ ਤੇ 7:30 ਵਜੇ ਪਹੁੰਚ ਕੇ DIG ਸਾਹਿਬ ਉੱਥੋਂ ਦੇ, ਹੁਣ 7:30 ਬੰਦਾ ਰਾਤ ਨੂੰ ਰੇਡ ਕਰਕੇ ਸੁੱਤਾ ਹੋਏਗਾ, ਮੈਨੂੰ ਵੀ ਪਤਾ ਸੁੱਤਾ ਜਾਂ ਨਹੀਂ, ਪਰ ਇਹਨਾਂ ਦੀ ਕੰਪਨੀ ਇਸ ਤੱਕ ਪੁਲਿਸ ਦੀ ਡਿਊਟੀ ਤਾਂ 24 ਘੰਟੇ ਦੀ ਡਿਊਟੀ ਹੁੰਦੀ ਹੈ। SHO ਸੁੱਤਾ ਪਿਆ ਸੀ, ਬਾਕੀ ਵੀ ਸੁੱਤੇ ਹੀ ਪਏ ਸੀ। ਜਿਵੇਂ 8 ਵਜੇ ਜਿਹੜੇ ਇਹਨਾਂ ਨੇ ਇਕੱਠੇ ਹੋਣਾ ਹੁੰਦਾ, ਕੋਈ ਇਸ ਤਰ੍ਹਾਂ ਦਾ ਸਿਸਟਮ ਉੱਥੇ ਨਹੀਂ ਸੀ। ਇਕੱਲਾ ਇੱਕ ਮੁਨਸ਼ੀ ਬੈਠਾ ਸੀ ਤੇ ਫਿਰ ਉੱਥੇ ਸਸਪੈਂਡ ਕਰਤਾ SHO, ਵੀ ਤੂੰ ਤਾਂ ਸੁੱਤਾ ਪਿਆ ਉਹਦੇ ਕੁਆਟਰ 'ਚ, ਤੇ ਨਾਲ ਹੀ ਫਿਰ DSP ਦੇ ਖਿਲਾਫ਼ ਜਾਂਚ ਸ਼ੁਰੂ ਕਰਤੀ। ਤੋ ਇਹ ਜਿਹੜਾ ਹੈ, ਵੈਸੇ ਮੈਂ ਸਮਝਦਾ ਹਾਂ ਕਿ ਇਹਦੇ 'ਤੇ ਵੀ ਕੋਈ ਸਿਸਟਮ ਜਿਹੜਾ ਹੈ ਉਹ ਹੋਏਗਾ, ਮੈਨੂੰ ਇੰਨਾ ਨਹੀਂ ਪਤਾ, ਸਿਸਟਮ ਹੋਣਾ ਵੀ ਚਾਹੀਦਾ, ਹੋਏਗਾ। ਬੰਦਾ ਰਾਤ ਨੂੰ 2 ਵਜੇ ਮੰਨ ਲਓ ਕਿਸੇ ਆ ਕੇ ਸੁੱਤਾ, ਤੇ ਉਹਦੀ ਨੀਂਦ ਸਿਹਤ ਲਈ ਵੀ ਉਨੀ ਪੂਰੀ ਹੋਣੀ ਚਾਹੀਦੀ ਹੈ। ਇਸ ਪੁਲਿਸ ਮੁਲਾਜ਼ਮਾਂ ਦੀ ਨਾ ਛੁੱਟੀ ਹੁੰਦੀ ਹੈ, ਨਾ ਇਹਨਾਂ ਦਾ ਐਂਗਲ ਵੀ ਦੇਖਣਾ ਬੜਾ ਜ਼ਰੂਰੀ ਹੈ।
ਮਦਨ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਮਾਨ ਸਾਹਿਬ ਜਿਹੜੇ ਜੀ ਉਹ ਦੌਰਾ ਕਰਨਗੇ, ਕੱਲ ਮਾਨ ਸਾਹਿਬ ਗਏ ਮਤਲਬ ਘੱਗਰ ਦਾ ਦੌਰਾ ਕਰਨਗੇ, ਕੱਲ 45 degrees ਸੀ ਤੇ ਘੱਗਰ ਦਾ ਦੌਰਾ ਕਰਨ ਲਈ ਮਾਨ ਸਾਹਿਬ ਜਦੋਂ ਬਾਈ ਰੋਡ ਜਾਂਦੇ ਨੇ ਤਾਂ ਜਿੱਥੇ ਜਿੱਥੇ ਜਾਂਦੇ ਨੇ ਉੱਥੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੁੰਦੀ ਹੈ ਤੇ ਡਿਊਟੀ ਸੜਕ ਤੇ ਵੀ ਕੋਈ ਹੋਰ ਵਾਹਨ ਆ ਜਾਏ, ਸਿਕਿਉਰਿਟੀ ਦੀ ਡਿਊਟੀ ਸੜਕ ਤੇ ਪੁਲਿਸ ਵਾਲਾ ਖੜਾ ਤੇ ਪੁਲਿਸ ਵਾਲੇ ਨੂੰ ਪਾਣੀ ਦਾ ਪ੍ਰਬੰਧ, ਪੁਲਿਸ ਵਾਲੇ ਨੂੰ ਇਸ ਧੁੱਪ ਦੇ ਵਿੱਚ ਕੀ ਕਰੂਗਾ ਉਹ। ਤੇ ਹੁਣ ਜਿਵੇਂ ਗੁੜਗਾਉਂ ਵਾਲਿਆਂ ਨੇ ਤਾਂ ਆਪਦੀ ਆਈਸ ਜੈਕਟਾਂ ਤਿਆਰ ਕਰ ਲਈਆਂ ਤੇ ਦੋ ਪੱਖੇ ਲਾ ਤੇ ਜੈਕਟਾਂ ਦੇ ਵਿੱਚ ਤੇ ਟ੍ਰੈਫਿਕ ਇੰਚਾਰਜ ਨੇ ਕੁਛ ਕੁਛ ਨਾ ਕੁਛ ਉਹਨਾਂ ਦਾ ਵੀ ਐਂਗਲ ਸੋਚਣ ਦੀ ਲੋੜ ਹੈ। ਖੈਰ ਪੁਲਿਸ ਵਾਲਿਆਂ ਨੇ ਆਪਦੀ ਚੈਕਿੰਗ ਵੀ ਜਾਰੀ ਰੱਖੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਮਾਨ ਸਾਹਿਬ ਥੋੜੇ ਜਿਹੇ ਸਖ਼ਤ ਹੋਏ ਨੇ, ਇਹਨਾਂ ਦਿਨਾਂ ਵਿੱਚ ਕਦੇ ਕਦੇ ਸਖ਼ਤ ਹੁੰਦੇ ਨੇ, ਪਰ ਇਹ ਗੱਲਾਂ ਬਹੁਤ ਵਾਰ ਕੀਤੀਆਂ ਨੇ ਲਗਾਤਾਰ ਤੇ ਉੱਥੇ ਵੀ ਨਹੀਂ ਹੈ। ਪਹਿਲਾਂ ਵੀ ਕਹਿੰਦੇ ਸੀ ਜੇ ਨਸ਼ਾ ਬੜਿਆ ਗਿਆ ਐਸ ਐਚ ਓ ਜ਼ਿੰਮੇਵਾਰ ਹੋਊਗਾ ਜੀ ਫਲਾਣਾ, ਹੁਣ ਤੱਕ ਨਸ਼ੇ ਕੱਲ ਤੱਕ ਤੁਸੀਂ ਕਹਿੰਦੇ ਨਸ਼ੇ ਬੜੇ ਜਾ ਰਹੇ ਨੇ, ਪਹਿਲੀ ਤੁਹਾਡੀ ਸਟੇਟਮੈਂਟ ਦਾ ਕੀ ਬਣਿਆ? ਤੋ ਮਾਨ ਸਾਹਿਬ ਇਹ ਵੀ ਲੋਕਾਂ ਦੇ ਵਿੱਚ ਫਿਰ ਤਾਂ ਹੀ ਤਾਂ ਕ੍ਰੈਡੀਬਿਲਿਟੀ ਬਣਦੀ ਹੈ ਜੇ ਤੁਸੀਂ ਆਪਦੇ ਗੱਲ ਤੇ ਪੂਰੇ ਉਤਰਦੇ ਹੋ। ਤੋ ਮੇਰੇ ਦਰਸ਼ਕੋ ਇਹ ਖ਼ਬਰ ਆਪਾਂ ਅੱਗੇ ਵਧਾਵਾਂਗੇ। ਦੇਖੋ ਮੈਂ ਗੱਲ ਕਰ ਰਿਹਾ ਸੀ ਕਿ ਮਾਨ ਸਾਹਿਬ ਸਖ਼ਤ ਹੋਏ ਨੇ, ਜੇ ਲਗਾਤਾਰ ਸਖ਼ਤ ਰਹਿਣ ਤੇ ਕੰਮ ਚੱਲਦਾ ਰਹੇ ਤਾਂ ਠੀਕ ਹੈ, ਨਹੀਂ ਤਾਂ ਜੋ ਗੱਲਾਂ ਉਹ ਕਹਿੰਦੇ ਨੇ ਗੱਲਾਂ ਤਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮਾਨ ਸਾਹਿਬ ਦੀਆਂ, ਸੱਚੀ ਗੱਲ ਹੈ। ਕਦੇ ਕਦੇ ਤਾਂ ਲੱਗਦਾ ਕਿ ਇਹ ਬੰਦਾ ਉਹ ਗੱਲਾਂ ਕਰ ਰਿਹਾ ਜੋ ਵਿਰੋਧੀ ਧਿਰ ਕਰ ਰਹੀ ਹੁੰਦੀ ਹੈ ਵੀ ਆਹ ਚਾਹੁੰਦਾ ਜੀ ਇੱਥੇ ਇੱਥੇ ਪੁਲਿਸ ਵਾਲੇ ਬਾਅਦ ਚ ਆਉਂਦੇ, ਜਿਹੜੇ ਸ਼ਿਕਾਇਤ ਕਰਨ ਵਾਲੇ ਬਾਅਦ ਚ ਪਿੰਡ ਆਉਂਦੇ ਨੇ, ਪਹਿਲਾਂ ਨਸ਼ਾ ਤਸਕਰ ਵਾਪਸ ਆ ਜਾਂਦੇ ਨੇ ਘਰ ਪਹੁੰਚ ਜਾਂਦੇ ਨੇ, ਉਹ ਸਾਰੀਆਂ ਗੱਲਾਂ ਸਾਰੇ ਲੋਕ ਕਰਦੇ ਸੀ, ਉਹ ਮਾਨ ਸਾਹਿਬ ਕਰਕੇ ਚੰਗੀਆਂ ਗੱਲਾਂ। ਹੁਣ ਜਿਵੇਂ ਕੱਲ ਘੱਗਰ ਦੇ ਗਏ ਦੌਰਾ ਕਰਨ, ਕਿਨਾਰਿਆਂ ਦੇ ਪੱਕੇ ਹੋਣੇ ਚਾਹੀਦੇ ਨੇ ਜੀ, ਵਿਹੜੇ ਆਈ ਜਾਣ ਬਿੰਨੋ ਕੁੜੀ ਦੇ ਕੰਨ, ਵੀ ਕਿਹਨੇ ਕਰਨੀ ਹੈ ਜੀ? ਇਹ ਤੁਹਾਡੀ ਸਰਕਾਰ ਨੇ ਕਰਨੀ ਹੈ, ਤੁਸੀਂ ਹੁਕਮ ਦਿੱਤਾ ਉਹ ਤਾਂ ਸਫਾਈ ਵੀ ਹੋਊਗੀ, ਨਹੀਂ ਤਾਂ ਪਤਾ ਲੱਗ ਜੂਗਾ ਹੁਣ। ਤੇ ਬੋਲੀਆਂ ਦਾ ਇੰਤਜ਼ਾਮ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਤੁਸੀਂ ਠੀਕ ਹੈ। ਤੇ ਨਹੀਂ ਜੀ ਸਾਡੇ ਤਾਂ ਜੇਬੀਸੀਬੀ ਇਸ ਦਾ 5 ਟੁਕੜੋ ਤੋਂ ਮੰਗਾਉਣੀ ਪਈ, ਲਿਆ ਕੇ ਖੜਾ ਦਿਓ ਉੱਥੇ, ਸਭ ਘੱਗਰ ਵਾਲਿਆਂ ਤੋਂ ਸਭ ਨੂੰ ਪਤਾ। ਸੋ ਜਿਹੜੀਆਂ ਗੱਲਾਂ ਕਰਦੇ ਨੇ ਉਹ ਸੋਹਣੀਆਂ ਲੱਗਦੀਆਂ ਨੇ, ਤੇ ਪਹਿਲਾਂ ਪ੍ਰਬੰਧ ਜ਼ਰੂਰੀ ਹੈ, ਇਹੀ ਤਾਂ ਕਹਿੰਦੇ ਮਾਨ ਸਾਹਿਬ ਪਹਿਲਾਂ ਪ੍ਰਬੰਧ ਕਰੋ, ਤੇ ਬਾਅਦ ਚ ਵੀ ਤਾਂ ਕਹਿੰਦੇ ਦੌਰਾ ਕਰਦੇ, ਤੇ ਹੁਣ ਵੀ ਕਰ। ਪਹਿਲਾਂ ਕਹਿੰਦੇ ਸੀ ਜਦੋਂ ਫਲੱਡ ਮੇਰੇ ਕਿਸ਼ਤੀਆਂ ਚ ਗਏ ਸੀ ਉਦੋਂ ਕਹਿੰਦੇ ਸੀ ਮੁਰਗੀ ਤੱਕ ਦੇਵਾਂਗੇ ਅਸੀਂ ਤੁਹਾਨੂੰ ਮੁਆਵਜ਼ਾ, ਲੋਕਾਂ ਨੇ ਮਜ਼ਾਕ ਬਣਾ ਲਿਆ ਹੈ ਵੀ ਕਿੱਥੇ ਹੈ ਜੀ ਦਿਓ ਮੁਰਗੀ ਦਾ ਮੁਆਵਜ਼ਾ। ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੱਲ੍ਹ ਜਿਹੜੀਆਂ ਕੀਤੀਆਂ ਨੇ, ਤੇ ਉਹਦੇ ਉਸ ਮਾਮਲੇ ਦੇ ਵਿੱਚ ਹੁਣ ਲੋਕ ਇਹ ਕਹਿੰਦੇ ਨੇ ਕਿ ਅਗਲੀ ਗੱਲ ਤੇ ਪੂਰਾ ਉਤਰਿਓ। ਹੁਣ ਪੁਲਿਸ ਦੀ ਚੈਕਿੰਗ ਦੀ ਵੀ ਗੱਲ ਕਰ ਲਈਏ, ਤੀਜਾ ਦਿਨ ਸੀ, ਤੀਜੇ ਦਿਨ 12,001 ਜਿਹੜਾ ਹੈ 12,040 ਬਹੁਤ ਬੜੀ ਗਿਣਤੀ ਚ ਕੀਤੇ ਨੇ, 40 ਵਾਹਨ ਚੈੱਕ ਕੀਤੇ ਨੇ ਇਹਨਾਂ ਨੇ। ਔਰ ਇਸ ਕੰਮ ਲਈ ਗੌਰਵ ਯਾਦਵ ਸਾਹਿਬ ਕਹਿੰਦੇ 2,684 ਪੁਲਿਸ ਕਰਮੀ ਲੱਗੇ ਪੰਜਾਬ ਦੇ, 372 ਨਾਕੇ ਲਾਏ ਅਸੀਂ, 4 ਘੰਟੇ ਚੈਕਿੰਗ ਕੀਤੀ 11 ਵਜੇ ਤੋਂ 3 ਵਜੇ ਤੱਕ, ਤੇ 603 ਚਲਾਨ ਕੱਟੇ, ਜਿਹਨੇ ਕਰ ਤਾਂ ਬਹੁਤ ਕਾਰਵਾਈ ਕੀਤੀ। ਤੇ ਜਿਹੜੀ ਉਹਨਾਂ ਨੇ ਜੇ ਕਹਿੰਦੇ ਨੇ 4,500 ਲੋਕਾਂ ਤੋਂ ਪੁੱਛਗਿੱਛ ਵੀ ਕੀਤੀ, ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਹੈ। ਕੁਛ ਗੱਡੀਆਂ ਵੀ 35 ਗੱਡੀਆਂ ਵੀ ਫੜ ਕੇ ਰੱਖੀਆਂ ਨੇ ਤੇ ਇਹ ਇੰਪਾਊਂਡ ਕੀਤੀਆਂ ਨੇ ਹਲੇ, ਉਹਨਾਂ ਦਾ ਪਤਾ ਨੀ, ਚਲੋ ਖ਼ਬਰ ਤਾਂ ਬਣ ਗਈ ਨਾ ਵੀ ਇੰਨਾ ਕੁਛ ਪੰਜਾਬ ਪੁਲਿਸ ਕਰ ਰਹੀ ਹੈ। ਸੋ ਆਪਾਂ ਥੋੜ੍ਹਾ ਜਿਹਾ ਅੱਗੇ ਵਧੀਏ, ਇੱਕ ਨੈਸ਼ਨਲ ਖ਼ਬਰ। ਨੈਸ਼ਨਲ ਖ਼ਬਰ ਦਾ ਮਤਲਬ ਹੁੰਦਾ ਜਿਹੜੀ ਸਾਰੇ ਦੇਸ਼, ਹੁਣ ਆਪਾਂ ਜਿਹੜੀ ਖ਼ਬਰ ਲਈ ਉਹ ਸਾਡੀ ਸੂਬੇ ਦੀ ਖ਼ਬਰ ਸੀ ਕਿ ਸੂਬੇ ਦੇ ਵਿੱਚ ਮਾਨ ਸਾਹਿਬ ਚਾਹੁੰਦੇ ਨੇ ਕਿ ਨਸ਼ਾ ਖਤਮ ਹੋਵੇ, ਤੇ ਉਹ ਗੱਲ ਆਪਾਂ ਕੀਤੀ, ਉਹ ਸੂਬਾ ਪੱਧਰੀ ਜਾਂ ਸਟੇਟ ਨਿਊਜ਼ ਹੋ ਗਈ। ਜਿਹੜੀ ਸਾਰੇ ਦੇਸ਼ ਤੇ ਅਸਰ ਪਾਉਂਦੀ ਹੈ ਉਹ ਨੈਸ਼ਨਲ ਨਿਊਜ਼ ਹੁੰਦੀ ਹੈ, ਤੇ ਹੁਣ ਸਾਰੇ ਦੇਸ਼ ਤੇ ਜਿਹੜਾ ਅਸਰ ਪਾਇਆ ਉਹ ਨੀਟ ਨੇ ਪਾਇਆ ਹੈ। ਨੀਟ ਜਿਹਦੇ ਤੋਂ
ਜਿਹੜੀ ਪ੍ਰੀਖਿਆ ਪਾਸ ਕਰਕੇ ਲੋਕ ਬੱਚੇ ਜਿਹੜੇ ਨੇ ਉਹ ਡਾਕਟਰ ਦੀ ਟ੍ਰੇਨਿੰਗ ਲੈਂਦੇ ਨੇ, ਡਾਕਟਰੀ ਦੀ ਡਾਕਟਰ ਬਣਦੇ ਨੇ, ਮੈਡੀਕਲ ਕਾਲਜਾਂ ਚ ਉਹਨਾਂ ਨੂੰ ਐਡਮਿਸ਼ਨ ਮਿਲਦੀ ਹੈ, ਉਹ ਜਿਹੜੇ ਉਹਦੇ ਚੋਂ ਮੈਰਿਟ ਚ ਆਉਂਦੇ ਨੇ ਨੀਟ ਦੀ ਪ੍ਰੀਖਿਆ ਦੇ ਵਿੱਚੋਂ। ਇਹ ਪ੍ਰੀਖਿਆ NTA ਲੈਂਦੀ ਹੈ, ਨੈਸ਼ਨਲ ਟੈਸਟਿੰਗ ਏਜੰਸੀ ਇੱਕ ਬਣੀ ਹੋਈ ਹੈ ਉਹ ਲੈਂਦੀ ਹੈ। ਹੁਣ ਸੁਪਰੀਮ ਕੋਰਟ ਕਹਿੰਦੀ ਕਿ ਕਿਉਂਕਿ ਕੇਸ ਸੁਪਰੀਮ ਕੋਰਟ ਚ ਚੜਿਆ ਗਿਆ, ਫੇਰਾ ਫੇਰੀ ਦੇ ਆਸਾਰ ਕਾਫੀ ਜ਼ਿਆਦਾ ਨੇ, ਸੁਪਰੀਮ ਕੋਰਟ ਕਹਿੰਦੀ ਜੇ 0.0001% ਵੀ ਕਿਤੇ ਸਾਨੂੰ ਪਤਾ ਲੱਗਿਆ ਤਾਂ ਫੇਰ ਇਹ ਗੜਬੜ ਹੋਈ ਹੈ, ਤਾਂ ਇਹਦਾ ਵਿਆਜਾ ਭੁਗਤਣਾ ਪਏਗਾ ਤੇ NTA ਨੂੰ ਸਰਕਾਰ ਕਰਨਾ ਚਾਹੀਦਾ ਇਹ ਗੱਲ। ਹੁਣ ਤਿੰਨ ਲੈਵਲ ਤੇ ਉੱਥੇ ਜਿਹੜੀ ਗੱਲ ਹੋਈ ਹੈ, ਉਹੀ ਨੀ ਬੈਠੇ ਧੁੱਪ ਚ ਬੱਚੇ ਸਾਡੇ ਜਿਹਨਾਂ ਨੇ ਡਾਕਟਰ ਬਣਨਾ ਹੈ, ਉਹ ਤਿੰਨ ਪੇਪਰ ਲੀਕ, ਗ੍ਰੇਸ ਮਾਰਸ ਦੇ ਵਿੱਚ ਗੜਬੜੀ ਇਹ ਹੋਈ ਹੈ ਤੇ ਸੈਂਟਰ। ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਮਤਲਬ ਹੋਇਆ। ਤੁਸੀਂ ਇਹ ਦੇਖੋ, ਬਿਹਾਰ ਦੇ ਬੱਚੇ, ਝਾਰਖੰਡ ਦੇ ਬੱਚੇ, ਉੜੀਸਾ ਦੇ ਬੱਚੇ, ਉਹਨਾਂ ਨੇ ਸੈਂਟਰ ਕਿਹੜਾ ਬਣਾਇਆ? ਗੁਜਰਾਤ ਦਾ ਗੋਦਰਾ, ਜਿਹੜੀ ਹਜ਼ਾਰ ਕਿਲੋਮੀਟਰ ਤੋਂ ਦੂਰ ਉੱਥੇ ਜਾ ਕੇ ਪੇਪਰ ਦੇਣ ਆਉਂਦੇ ਨੇ। ਕਿਉਂ ਆਉਂਦੇ ਨੇ? ਝਾਰਖੰਡ ਚ ਵੀ ਸੈਂਟਰ ਹੈ, ਬਿਹਾਰ ਚ ਵੀ ਸੈਂਟਰ ਹੈ, ਜਿਹੜੇ ਉੱਥੇ ਇਕੱਲਾ ਹੀ ਨੀ ਸੈਂਟਰ ਲੈਣ ਲਈ ਜਿਹੜੇ ਵੀ ਉੱਥੇ ਪਹੁੰਚਣ ਲਈ 10 ਤੋਂ 30 ਲੱਖ ਰੁਪਇਆ ਲੱਗਿਆ। ਤੇ ਇਹਦਾ ਮਤਲਬ ਹੀ ਨਾ ਫਿਰ ਸੈਂਟਰ ਦੇ ਲੈਵਲ ਤੇ ਹੋਗੀ। ਉੱਥੇ 5 ਬੰਦੇ ਗ੍ਰਿਫਤਾਰ ਹੋਏ ਨੇ, 2.5 ਕਰੋੜ ਦੇ 16 ਬਲੈਂਕ ਚੈੱਕ ਵੀ ਮਿਲ ਗਏ। ਤੇ ਇੱਕ ਗੱਲ ਦੇਖੋ, ਦੂਜੀ ਬਿਹਾਰ ਦੇ ਵਿੱਚ 5 ਮਈ ਨੂੰ ਪੇਪਰ ਸੀ, ਸਵੇਰੇ ਸਵੇਰੇ ਜਿਹੜਾ ਪੇਪਰ ਦੁਪਹਿਰੇ ਹੋਣਾ ਸੀ ਉਹ ਸਵੇਰੇ ਸਵੇਰੇ ਆ ਗਿਆ ਤੇ 20-25 ਬੱਚਿਆਂ ਕੋਲ ਪਹੁੰਚ ਗਿਆ। ਉਹਨਾਂ ਨੂੰ ਕਹਿ ਲਾਵੋ ਰੱਟਾ, ਇਹ ਪੇਪਰ ਅੱਜ ਦਾ ਪੇਪਰ ਸੱਚਮੁੱਚ ਉਹੀ ਆਇਆ ਜਿਹੜਾ ਉਹਨਾਂ ਨੂੰ ਮਿਲਿਆ ਸੀ, ਉਹ ਬੱਚੇ ਆਪ ਮੰਨਦੇ ਨੇ। ਇਸ ਮਾਮਲੇ ਵਿੱਚ 13 ਬੰਦੇ ਗ੍ਰਿਫਤਾਰ ਹੋਏ, ਜਿਵੇਂ ਸੈਂਟਰ ਵਾਲੇ ਚ 5 ਬੰਦੇ, 30-30 ਲੱਖ ਰੁਪਏ ਇੱਥੇ ਚੱਲਿਆ। ਫਿਰ ਆ ਜਾਓ ਹਰਿਆਣਾ ਦਾ ਝੱਜਰ, ਇੱਕੋ ਹੀ ਸੈਂਟਰ ਉੱਥੇ, ਇੱਕ ਪਬਲਿਕ ਸਕੂਲ ਚ ਸੈਂਟਰ ਸੀ, ਇੱਕੋ ਸੈਂਟਰ ਦੇ 720 ਸਾਰੇ ਟਾਪਰ ਜਿਹੜੇ ਮੈਕਸੀਮਮ ਨੰਬਰ ਲੈਣ ਵਾਲੇ, 720 ਨੰਬਰ ਲੈਣ ਵਾਲੇ 6 ਬੱਚੇ ਇੱਕੋ ਸੈਂਟਰ ਦੇ, ਪਤਾ ਲੱਗਿਆ ਕਹਿੰਦੇ ਜੀ ਪੇਪਰ ਲੇਟ ਖੁੱਲਿਆ ਸੀ ਜੀ, ਇਹਨਾਂ ਨੂੰ ਗ੍ਰੇਸ ਮਾਰਕਸ ਦਿੱਤੇ ਗਏ। ਯਾਨੀ ਹਰ ਕਿਸਮ ਦੀ ਹੇਰਾਫੇਰੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਨੀਟ ਦੇ। ਹੁਣ ਦੇਖੋ ਸੁਪਰੀਮ ਕੋਰਟ ਕੀ ਕਰਦੀ ਹੈ, ਰੱਦ ਕਰਦੀ ਹੈ ਪੇਪਰ, ਹਾਲਾਂਕਿ ਗ੍ਰੇਸ ਮਾਰਕਸ ਵਾਲੇ 1563 ਤਾਂ ਉਹਨਾਂ ਨੇ ਉਹ ਕਰਤੇ। ਰਾਹੁਲ ਗਾਂਧੀ ਸਾਹਿਬ ਕਹਿੰਦੇ ਮੋਦੀ ਸਾਹਿਬ ਹੁਣ ਕਿਉਂ ਚੁੱਪ ਹੋ, ਤੁਸੀਂ ਇੱਥੇ ਤਾਂ ਬੋਲੋ, ਇਹ ਬੱਚਿਆਂ ਦਾ ਭਵਿੱਖ ਨਹੀਂ ਹੈ। ਵੈਸੇ ਕਮਾਲ ਹੀ ਹੋਈ ਪਈ ਹੈ, ਜਿਹੜੇ ਪੇਪਰ ਲੀਕ ਨੇ UP ਚ ਬਸ ਕਰਾਤੀ ਇਹਨਾਂ ਦੀ, ਭਾਰਤੀ ਜਨਤਾ ਪਾਰਟੀ ਦੀ। ਹਾਂ, ਆਮ ਆਦਮੀ ਪਾਰਟੀ ਨੂੰ ਤਾਂ ਮੌਕਾ ਮਿਲਣਾ ਚਾਹੀਦਾ ਸੀ, ਮਿਲਿਆ ਤਾਂ ਜੰਤਰ ਮੰਤਰ ਚ ਇਹਨਾਂ ਨੇ ਇੱਕ ਪ੍ਰਦਰਸ਼ਨ ਵੀ ਕੀਤਾ ਨੀਟ ਨੂੰ ਲੈ ਕੇ। ਹੁਣ ਆਪਾਂ ਇੱਕ ਨੈਸ਼ਨਲ ਖਬਰ ਹੋਣ ਲੱਗੀ, ਹੁਣ ਮੋਦੀ ਸਾਹਿਬ ਪੁਰਾਣੇ ਮੋਦੀ ਸਾਹਿਬ ਤਾਂ ਰਹੇ ਨੀ, ਨਾ ਹੀ ਉਹਨਾਂ ਦੀ ਪੁਰਾਣੀ ਟੋਰ, ਨਾ ਹੀ ਮੋਦੀ ਕੀ ਗਰੰਟੀ ਹੋਏਗੀ ਹੁਣ, ਕਿਉਂਕਿ ਮੋਦੀ ਸਾਹਿਬ ਨੂੰ ਲੋਕਾਂ ਨੇ ਨਕਾਰਤਾ। ਲੋਕ ਤਾਂ ਹੁਣ ਇਹ ਵੀ ਗੱਲਾਂ ਕਰਦੇ ਨੇ, ਜੇ ਕਿਤੇ ਸੋਨੀਆ ਗਾਂਧੀ ਖੜੀ ਹੁੰਦੀ ਨਾ, ਮੋਦੀ ਸਾਹਿਬ ਜਿਹੜਾ ਉਹ ਬੰਦੇ ਤੋਂ 11 ਵਜੇ ਤੱਕ ਮੋਦੀ ਸਾਹਿਬ ਹਾਰ ਰਹੇ ਸੀ ਤੇ ਜਿੱਤ ਜਾਣਾ ਸੀ, ਚਲੋ ਉਹ ਤਾਂ ਵਾਅਦੇ, ਜੇ ਤਾਂ ਕਿਤੇ ਵੀ ਨੀ ਲੱਗਣੀ। ਲੇਕਿਨ ਹੁਣ ਜਿੰਨਾ ਚਿਰ ਪਿਛਲੇ 10 ਸਾਲ ਮੋਦੀ ਸਾਹਿਬ ਰਹੇ, ਕੋਈ ਡਿਪਟੀ ਸਪੀਕਰ ਨੀ, ਤੇ ਆਪਾਂ ਦੇਖਿਆ ਡਿਪਟੀ ਸਪੀਕਰ ਵਿਰੋਧੀ ਧਿਰ ਦਾ ਹੁੰਦਾ, ਚਰਨਜੀਤ ਸਿੰਘ ਅਡਵਾਲ ਨੇ ਪੰਜਾਬ ਤੋਂ ਅਕਾਲੀਆਂ ਤੋਂ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਨੇ। ਇਹ ਹੁੰਦਾ ਹੈ, ਪਰ ਟਰੈਡੀਸ਼ਨ ਇਹਨਾਂ ਨੇ ਮੈਨੂੰ ਬੜੀਆਂ ਟਰੈਡੀਸ਼ਨ ਤੋੜੀਆਂ, ਵਿਰੋਧੀ ਧਿਰ ਦੇ ਨੇਤਾ ਦੀ ਤੋੜੀ, ਕਹਿੰਦੇ ਜੀ ਉਹਨਾਂ ਦੀ ਕੋਲ ਉਨੀ ਬਹੁਮਤ ਨਹੀਂ ਹੈ, ਹੁਣ ਤਾਂ 100 ਸੀਟਾਂ ਨੇ, ਹੁਣ ਲੈ ਜਾਣਗੇ।
ਤੇ ਖੈਰ ਹੁਣ ਸਪੀਕਰ ਦੀ ਚੋਣ ਦਾ ਕੀ ਕਰੀਏ? ਉਹਨਾਂ ਨੇ ਕਹਿਤਾ ਜੀ ਅਸੀਂ ਬੰਦਾ ਖੜਾ ਕਰਾਂਗੇ, ਜੇ ਵਿਰੋਧੀ ਧਿਰ ਕਹਿੰਦੀ ਜੇ ਸਾਡਾ ਡਿਪਟੀ ਸਪੀਕਰ ਨਾ ਹੋਇਆ। ਤੇ ਹੁਣ ਰਾਜਨਾਥ ਸਿੰਘ ਜੀ ਦੇ ਘਰ ਮੀਟਿੰਗ ਹੋਈ ਕੱਲ, ਕਹਿੰਦੇ ਕਾਹਨੂੰ ਆਪਾਂ ਇਹ ਕਰਨਾ ਹੈ। 1925 ਚ ਕਿਤੇ ਸਪੀਕਰ ਦੀ ਚੋਣ ਹੋਈ ਸੀ, ਕਾਹਨੂੰ ਤੋੜਨਾ ਆਜ਼ਾਦੀ ਤੋਂ ਬਾਅਦ ਇਹ ਪਰੰਪਰਾ, ਆਪਾਂ ਐ ਕਰਦੇ ਹਾਂ ਇਹਨਾਂ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇ ਦਿੰਦੇ ਹਾਂ। ਤਾਂ ਲੱਗਦਾ ਕਿ ਡਿਪਟੀ ਸਪੀਕਰ ਵਿਰੋਧੀ ਧਿਰ ਚੋਂ ਇਸ ਵਾਰ ਮਿਲੂਗਾ, ਅਸਾਰ ਨਜ਼ਰ ਆਉਣ ਲੱਗ ਗਏ ਇਸ ਗੱਲ। ਵੈਸੇ ਮੋਦੀ ਸਾਹਿਬ ਦੀ ਗੱਲ ਚੱਲੀ ਹੈ, ਮੋਦੀ ਸਾਹਿਬ ਕਹਿੰਦੇ ਮੈਂ ਤਾਂ ਗੰਗਾ ਦਾ ਪੁੱਤਰ ਹਾਂ। ਭਾਈ ਗੰਗਾ ਦਾ ਪੁੱਤਰ ਉਹ ਕਹਿੰਦਾ ਜਿਹੜਾ ਜਦੋਂ ਵਿਰੋਧੀ ਸੀ, ਉਹ ਕਹਿੰਦਾ ਮੈਂ ਤਾਂ ਜੰਮਾ ਹੀ ਇੱਥੇ, ਮੈਂ ਤਾਂ ਹੈ ਹੀ ਗੰਗਾ ਦੀ ਗੋਦ ਚੋਂ ਕੱਢਿਆ, ਤੁਸੀਂ ਬਾਹਰੋਂ ਆ ਕੇ ਗੰਗਾ ਦੇ ਅਡੋਪਟ ਕੀਤਾ ਤੁਹਾਨੂੰ। ਜਿਹੜੀ ਇਹ ਗੱਲਾਂ ਚੱਲਦੀਆਂ ਨੇ, ਕੱਲ ਮੋਦੀ ਸਾਹਿਬ ਤੇ ਗਏ ਸੀ ਧੰਨਵਾਦੀ ਦੌਰੇ ਤੇ, ਤੇ ਕੱਲ ਫਿਰ ਉਹਨਾਂ ਨੇ, ਇਹ ਵੀ ਇੱਕ ਜਿਹੜਾ ਕਮਾਲ ਹੀ ਹੁੰਦੀ ਹੈ ਤੁਸੀਂ ਜੋ ਕੰਮ ਕਰਦੇ ਹੋ ਡਿਵੈਲਪਮੈਂਟ ਦੀ, ਹਰ ਇੱਕ ਚੀਜ਼ ਦਾ ਉਦਘਾਟਨ ਕਰਨਾ, ਫਿਰ ਉਹਨਾਂ ਕ੍ਰੈਡਿਟ ਲੈਣਾ, 9,60,00,000 ਲੋਕਾਂ ਦੇ ਖਾਤੇ ਚ ਕੱਲ ਜਿਹੜੀ ਆ ਉਹ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਪਈ ਹੈ, ਇਹ ਜਿਹੜਾ 2,000 ਰੁਪਏ ਪੈਂਦਾ ਹੁੰਦਾ, 20,000 ਕਰੋੜ ਕਹਿੰਦੇ ਸੀ ਕੱਲ ਪਾਤਾ। ਪਰ ਕੱਲ ਕਾਂਗਰਸ ਬੋਲੀ, ਕਹਿੰਦੇ ਇਹ ਕੀ ਹੈ ਜੀ, ਤੁਸੀਂ ਇਹ ਗੱਲਾਂ ਕਰ ਦੋ, ਆਹ ਪਾਤਾ ਕਿਉਂ, ਤੁਸੀਂ ਪ੍ਰਸ਼ਾਦ ਬਣਦੇ ਹੋ, ਤੁਸੀਂ ਆਪਦੇ ਇਹ ਤਾਂ ਕਿਸਾਨਾਂ ਦਾ ਧਾਰ ਹੈ, ਉਹ ਕਿਸਾਨਾਂ ਨੇ ਲੈ ਲਿਆ, ਵਿੱਚ ਕੀ ਗੱਲ ਹੈ ਤੁਸੀਂ? ਫਿਰ ਉਹਨਾਂ ਦਾ ਜਵਾਬ ਨੀ ਹੁੰਦਾ ਨਾ, ਜਦੋਂ ਆਪਦੇ ਕਾਰਪੋਰੇਟ ਨੂੰ ਜਿੰਨਾ ਮਾਫ਼ ਕੀਤਾ, ਕਿਸਾਨਾਂ ਨੂੰ ਤਾਂ ਉਹਦੇ ਬਦਲੇ ਚ ਦਿੱਤੇ ਕੁਛ ਨੀ ਹੈ। ਖੈਰ ਆਪਾਂ ਹੁਣ ਪੰਜਾਬ ਵੱਲ ਨੂੰ ਫੇਲ ਆਉਣੇ, ਪੰਜਾਬ ਦੇ ਵਿੱਚ ਲਗਾਤਾਰ ਸੁਖਬੀਰ ਸਿੰਘ ਬਾਦਲ ਕਾਰ ਦੇ ਉੱਤੇ ਚੜ ਕੇ ਬਸ ਇੱਕ ਦੋ ਦਿਨ ਲਈ ਬਿਮਾਰ ਹੋਏ ਸੀ, ਨਹੀਂ 80 ਹਲਕਿਆਂ ਚ ਗਏ ਸੀ ਤੇ ਪੰਜਾਬ ਬਚਾਓ ਯਾਤਰਾ ਕੀਤੀ ਸੀ। ਲੋਕ ਕਹਿੰਦੇ ਸੀ ਇਹ ਪੰਜਾਬ ਬਚਾਓ ਯਾਤਰਾ ਨਹੀਂ, ਇਹ ਪਰਿਵਾਰ ਬਚਾਓ ਯਾਤਰਾ। ਚਲੋ ਪਰਿਵਾਰ ਦੀ ਸੀਟ ਤਾਂ ਬਚ ਗਈ ਨਾ, ਚਲ ਇਹ ਆਪਾਂ ਮੰਨ ਸਕਦੇ ਹਾਂ, ਲੋਕ ਤਾਂ ਕਹਿੰਦੇ ਰਹਿੰਦੇ ਨੇ। ਲੇਕਿਨ ਹੁਣ ਕੀ ਹੋ ਰਿਹਾ? ਹੁਣ ਹੋ ਰਿਹਾ ਵੀ ਕੋਰ ਕਮੇਟੀ ਦੇ ਵਿੱਚ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਬਰਾੜ ਦੱਸਦਾ ਬਹੁਤ ਕੁਛ ਐਸਾ ਵੀ ਅਸਹਿਮਤੀ ਦੀ ਆਵਾਜ਼ ਵਾਲੇ ਨੂੰ ਤਾਂ ਬੁਲਾਉਂਦੇ ਹੀ ਨਹੀਂ। ਇਹ ਚਰਨਜੀਤ ਸਿੰਘ ਬਰਾੜ ਇੱਕ ਟੀਵੀ ਤੇ ਦੱਸ ਰਿਹਾ ਸੀ, ਜਿਹਨੇ ਚਿੱਠੀ ਲਿਖੀ ਸੀ ਕਿ ਪ੍ਰੈਜ਼ੀਡੀਅਮ ਬਣਾ ਲਓ, ਪ੍ਰਧਾਨ ਨਵਾਂ ਬਣਾ ਲਓ, 14 ਦਸੰਬਰ ਤੱਕ ਉਹਨਾਂ ਚਿਰ ਪੰਜ ਪ੍ਰਧਾਨੀ ਦਾ ਲਾਗੂ ਕਰ ਲਓ, ਤੇ ਇਹ ਲਿਖਤੀ ਮਾਫ਼ੀ ਮੰਗਣ ਵਾਲੀਆਂ ਗੱਲਾਂ ਲਿਖ ਕਹੀਆਂ ਸੀ। ਖੈਰ ਉਹ ਤਾਂ ਨਹੀਂ ਹੋਈਆਂ, ਪਰ ਜੋ ਕੁਛ ਕੋਰ ਕਮੇਟੀ ਚ ਹੋਇਆ ਉਹ ਦੂਬਾ ਰੌਲਾ ਰੱਪਾ ਵੱਧ ਗਿਆ। ਰੌਲਾ ਰੱਪਾ ਵਧਣ ਦਾ ਵੱਡਾ ਕਾਰਨ ਇੱਕ ਪ੍ਰੈਸ ਨੋਟ ਬਣਿਆ ਜਿਹਦੇ ਚ ਇਹ ਕਿਹਾ ਗਿਆ ਕਿ ਜੀ ਸੁਖਬੀਰ ਸਿੰਘ ਬਾਦਲ ਦੀ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਗਿਆ। ਉਹ ਬਾਹਰ ਆ ਕੇ ਕਹਿੰਦੇ ਪ੍ਰੇਮ ਸਿੰਘ ਚੰਦੂਮਾਜਰਾ ਇਸ ਤਰ੍ਹਾਂ ਦਾ ਤਾਂ ਕੋਈ ਮਤਾ ਨਹੀਂ ਆਇਆ, ਇਹ ਤਾਂ ਧੋਖਾ ਹੈ, ਇਹੋ ਜਿਹੀ ਤਾਂ ਗੱਲ ਹੀ ਨਹੀਂ ਹੋਈ ਉੱਥੇ। ਬਿਲਕੁਲ ਉਹ ਤਾਂ ਮੰਨੇ, ਉਹਨਾਂ ਦੇ ਹੱਕ ਵਾਲੇ ਬੰਦੇ ਵੀ ਸੁਖਬੀਰ ਸਿੰਘ ਦੇ ਜਿਹੜੇ ਹੱਕ ਚ ਬਿਰਸਾ ਸਿੰਘ ਬਟੋਆ ਵਰਗੇ ਵੀ ਮੰਨੇ, ਹਾਂ ਇਸ ਤਰ੍ਹਾਂ ਦਾ ਕੋਈ ਮਤਾ ਨਹੀਂ ਆਇਆ। ਹੁਣ ਉੱਥੇ ਰੌਲਾ ਵੱਧ ਰਿਹਾ, ਰੌਲਾ ਇਸ ਤਰ੍ਹਾਂ ਵੱਧ ਰਿਹਾ ਕਿ ਲੀਡਰ ਜਿਹੜੇ ਵਿਰੋਧੀ ਖੇਮੇ ਦੇ ਨੇ, ਲੇਕਿਨ ਉਹ ਅਕਾਲੀ ਦਲ ਚ ਨੇ, ਯਾਨੀ ਬਾਹਰ ਨਹੀਂ, ਇਹ ਤਾਂ ਕੱਢ ਦੇਣਾ ਸੀ ਬਾਹਰ ਲੋਕਾਂ ਨੂੰ, ਤੇ ਸੁਖਦੇਵ ਸਿੰਘ ਢੀਂਡਸਾ ਨੂੰ ਕੱਢਣ ਲੱਗੇ ਸੀ ਜੇ ਦੇਖਿਆ ਰੌਂ ਦੇਖਿਆ ਲੋਕਾਂ ਦਾ, ਤੇ ਉਹ ਨਹੀਂ ਉਹ ਗੱਲ ਆਈ, ਹੁਣੇ ਇਕੱਠੇ ਹੋ ਗਏ। ਮਤਲਬ ਸੁਖਦੇਵ ਸਿੰਘ ਢੀਂਡਸਾ ਤਾਂ ਪਹਿਲੇ ਹੀ, ਸੁਖਦੇਵ ਸਿੰਘ ਢੀਂਡਸਾ ਪਿਓ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਮਨਪ੍ਰੀਤ ਸਿੰਘ ਯਾਲੀ, ਇੱਕ ਨਵਾਂ ਜੁੜੇ ਇਹਨਾਂ ਚ ਸੀਨੀਅਰ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ। ਸੋ ਇਹ ਸਾਰੇ ਪਤਾ ਤਾਂ ਇਹ ਵੀ ਲੱਗਿਆ ਕਿ ਇੱਕ ਦੂਜੇ ਨਾਲ ਫੋਨ ਤੇ ਤਾਂ ਗੱਲਬਾਤ ਹੁੰਦੀ ਹੈ, ਲੇਕਿਨ ਜਲਦੀ ਕੋਈ ਵੱਖਰਾ ਏਜੰਡਾ ਲੈ ਕੇ ਮੀਟਿੰਗ ਵੀ ਹੋ ਸਕਦੀ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਹੋ ਸਕਦੀ ਹੈ।
ਲੀਡਰਸ਼ਿਪ ਤਬਦੀਲੀ ਦੀਆਂ ਗੱਲਾਂ ਬਹੁਤ ਚੰਗੀਆਂ ਚੱਲਦੀਆਂ ਨੇ। ਲੋਕ ਮੈਂ ਇੱਕ ਵੀਡੀਓ ਪਾਈ ਆਪਣੇ ਜਿਹੜਾ ਹਰਜਿੰਦਰ ਵਾਲੀਆ ਯੂਟਿਊਬ ਚੈਨਲ ਤੇ, ਲੋਕਾਂ ਨੇ ਬੜੇ ਕਮੈਂਟ ਕਰਕੇ ਇਹ ਕਿਹਾ ਜੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਹੈ ਉਨਾ ਚਿਰ ਦੀ ਪਾਰਟੀ ਰਿਵਾਇਤ ਜੋ ਮਰਜ਼ੀ ਹੋਵੇ। ਸੁਖਬੀਰ ਸਿੰਘ ਬਾਦਲ ਦੇ ਲੋਕ ਇਹ ਕਹਿੰਦੇ ਜੀ ਪੈਸੇ ਵਾਲਾ ਬੰਦਾ ਚਾਹੀਦਾ, ਹੁਣ ਪੈਸਾ ਜਿਹੜੇ ਬੰਦਿਆਂ ਦਾ ਮੈਂ ਨਾਂ ਲਿਆ ਇਹਨਾਂ ਕੋਲ ਵੀ ਘੱਟ ਨਹੀਂ, ਨਾਲੇ ਪੈਸੇ ਨਾਲ ਪਾਰਟੀਆਂ ਨਹੀਂ ਚੱਲਦੀਆਂ ਹੁੰਦੀਆਂ, ਪਾਰਟੀਆਂ ਤਾਂ ਕੈਡਰ ਨਾਲ ਚੱਲਦੀਆਂ ਨੇ। ਕੈਡਰ ਅੜੀਕ ਰਿਹਾ ਕਿ ਭਾਈ ਆ ਜਿਹੜੀ ਬੇਅਦਬੀ ਮਾਫ਼ੀ ਬੜਾ ਕੁਛ ਹੈ, ਲਿਖਤੀ ਮਾਫ਼ੀ ਮਰਿਆਦਾ ਅਨੁਸਾਰ ਮਾਫ਼ੀ ਕਿਉਂ ਨਹੀਂ, ਜੇ ਜਿਹੜੀ ਗਲਤੀ ਮੰਨੀ ਉਹ ਮਰਿਆਦਾ ਅਨੁਸਾਰ ਨਹੀਂ ਮੰਨੀ, ਅੱਧ ਮੰਨੇ ਨਾਲ ਜਿਹੜੀ ਮਾਫ਼ੀ ਮੰਨੀ ਉਹ ਲੋਕਾਂ ਨੇ ਨਹੀਂ ਮੰਨੀ। ਜੇ ਲੋਕਾਂ ਨੇ ਮੰਨੀ ਹੁੰਦੀ ਤਾਂ ਚਾਰ ਵੋਟਾਂ ਵੱਧ ਪੈਂਦੀਆਂ, ਬਲਕਿ ਪਿਛਲੀ ਵਾਰ ਨਾਲੋਂ ਵੀ ਘੱਟ ਵੋਟਾਂ ਪਈਆਂ ਨੇ। ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਜਿਹੜਾ ਹੈ ਉਹ ਲਗਾਤਾਰ ਹੋ ਰਿਹਾ, ਜੋ ਪਾਰਟੀ ਦਾ ਨੁਕਸਾਨ ਹੋ ਰਿਹਾ। ਲੋਕ ਚਾਹੁੰਦੇ ਨੇ ਇਹ ਪੰਜਾਬ ਦੀ ਪਾਰਟੀ, ਕੁਰਬਾਨੀਆਂ ਵਾਲੀ ਪਾਰਟੀ ਜਿਉਂਦੀ ਰਹੇ, ਮੁੜ ਸੁਰਜੀਤ ਹੋਵੇ। ਕੈਨੇਡਾ ਦੀ ਖਬਰ ਲਈ ਹੈ ਹੁਣ ਆਪਾਂ। ਕੈਨੇਡਾ ਦੇ ਵਿੱਚ ਦੇਖੋ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ, ਉਹ ਭਾਰਤ ਦੀ ਅੱਤਵਾਦੀਆਂ ਦੀ ਲਿਸਟ 'ਚ ਵਾਂਟਡ ਸੀ, ਇਹ ਵੀ ਗੱਲ ਹੈ। ਹਰਦੀਪ ਸਿੰਘ ਨਿੱਜਰ ਨੂੰ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ ਕਤਲ ਜਿਹੜਾ ਹੈ ਕੀਤਾ ਗਿਆ ਸੀ, ਤੇ ਇਲਜ਼ਾਮ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਚਲਾਇਆ ਸੀ ਕਿ ਇਹਨੂੰ ਕਤਲ ਕਰਾਉਣ ਵਾਲੇ, ਹਾਲਾਂਕਿ ਉਹ ਫੜੇ ਗਏ ਨੇ 3-4 ਬੰਦੇ, ਉਹ ਵੀ ਪੰਜਾਬੀ ਦੇ ਮੁੰਡੇ ਨੇ, ਪੜਨ ਗਏ ਹੋਏ ਇੱਥੋਂ 4, ਲੇਕਿਨ ਉਹ ਕਰਾਇਆ ਕਤਲ ਜਿਹੜਾ ਹੈ ਸਪਾਰੀ ਦੇ ਕੇ ਭਾਰਤ ਦੀ ਏਜੰਸੀ ਨੇ ਇਹ ਇਲਜ਼ਾਮ ਲਾਇਆ ਸੀ। ਉਦੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਕੈਨੇਡਾ ਨਾਲ ਰਿਸ਼ਤੇ ਜ਼ਿਆਦਾ ਠੀਕ ਨਹੀਂ, ਤੇ ਹੁਣ ਪਿਛਲੇ 13 ਜੂਨ ਨੂੰ ਜਦੋਂ ਮੁਲਾਕਾਤ ਹੋਈ ਸੀ ਮੋਦੀ ਸਾਹਿਬ ਤੇ ਜਸਟਿਨ ਟਰੂਡੋ ਦੀ, ਉਹਦੇ ਚ ਲੱਗਦਾ ਸੀ ਕਿ ਇਹਨਾਂ ਨੇ ਦੁਬਾਰਾ ਮੁਬਾਰਕਬਾਦ ਵੀ ਦਿੱਤੀ ਹੈ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਤੀਜੀ ਵਾਰ ਬਣਨ ਤੇ ਵੀ ਸ਼ਾਇਦ ਰਿਸ਼ਤੇ ਠੀਕ ਹੋਣਗੇ, ਪਰ ਜੋ ਕੁਛ ਕੱਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹੋਇਆ, ਹਾਊਸ ਆਫ ਕਾਮਨ ਦੇ ਵਿੱਚ 2 ਮਿੰਟ ਖੜੇ ਹੋ ਕੇ ਹਰਦੀਪ ਸਿੰਘ ਨਿੱਜਰ ਦੀ ਬਰਸੀ ਤੇ ਮੌਨ ਰੱਖਿਆ ਗਿਆ ਔਰ ਸਪੀਕਰ ਵੱਲੋਂ ਸੋਗ ਸੰਦੇਸ਼ ਪੜਿਆ ਗਿਆ। ਹੁਣ ਇਸ ਹਾਲਾਤ ਦੇ ਵਿੱਚ ਕੈਨੇਡਾ ਆਪਦੇ ਸਟੈਂਡ ਤੇ ਖੜਾ ਹੈ, ਹਾਲਾਂਕਿ ਉਸ ਤੋਂ ਬਾਅਦ ਭਾਰਤ ਨੇ ਕਈ ਜਗ੍ਹਾ ਤੇ ਸਬੂਤ ਵੀ ਦਿੱਤੇ ਹਾਲ ਤੱਕ, ਇਹ ਗੱਲ ਭਾਰਤ ਲਗਾਤਾਰ ਕਹਿ ਰਿਹਾ। ਪਰ ਜੋ ਵੀ ਹੋਵੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਤੇ ਕੈਨੇਡਾ ਦਾ ਸਟੈਂਡ ਨਹੀਂ ਬਦਲਿਆ, ਬਦਲ ਸਕਦਾ ਵੀ ਨਹੀਂ, ਕਿਉਂਕਿ ਜਗਮੀਤ ਸਿੰਘ ਦੀ NDP ਦੇ ਸਹਾਰੇ ਇਹ ਸਰਕਾਰ ਚੱਲ ਰਹੀ ਹੈ, ਤੇ ਉਹ ਜਿਹੜਾ NDP ਦਾ ਲੀਡਰ ਹੈ ਜਗਮੀਤ ਸਿੰਘ, ਜਿਹੜਾ ਭਾਰਤ ਨਹੀਂ ਆ ਸਕਦਾ, ਉਹ ਸਰਦਾਰ ਜਿਹੜਾ ਇੱਕ ਵੱਡੀ ਪਾਰਟੀ ਜਿਹੜੀ ਸਪੋਰਟ ਕਰ ਰਹੀ ਹੈ ਬਾਹਰੋਂ ਕੈਨੇਡੀਅਨ ਜਿਹੜੀ ਲਿਬਰਲ ਜਿਹੜੀ ਸਰਕਾਰ ਚਲਾ ਰਹੀ ਹੈ ਪਾਰਟੀ, ਉਹਦਾ ਉਹ ਜਿਹੜਾ ਹੈ ਹਰਦੀਪ ਸਿੰਘ ਨਿੱਜਰ ਜਾਂ ਇਹਨਾਂ ਗਰਮ ਦਲੀਆ ਦੀ ਮਦਦ ਕਰ ਦਿੰਦੇ। ਖੈਰ ਹੁਣ ਆਪਾਂ ਅੱਗੇ ਫਿਰ ਪੰਜਾਬ ਵੱਲ ਨੂੰ ਆਈਏ। ਪੰਜਾਬ ਦੇ ਵਿੱਚ ਬਿਜਲੀ ਦੇ ਰਿਕਾਰਡ ਸੱਚਮੁੱਚ ਗਰਮੀ ਦੇ ਕਾਰਨ ਕਹਿ ਲਓ ਜਾਂ ਇਹ ਮੌਸਮ ਝੋਨੇ ਦਾ ਹੈ ਇਹਦੇ ਕਾਰਨ ਕਹਿ ਲਓ, ਰਿਕਾਰਡ ਤਾਂ ਟੁੱਟੇ ਨੇ, ਹੋਰ ਵੀ ਟੁੱਟਣਗੇ। ਸਾਡੇ ਕੱਲ 15,390 ਮੈਗਾਵਾਟ ਜਿਹੜੀ ਹੈ ਬਿਜਲੀ ਉਹ ਖਤੋਂ ਦੀ ਹੋਈ ਹੈ ਸਾਡੇ ਕੋਲ, ਜਿਹੜੇ ਕਹਿੰਦੇ ਨੇ ਪਾਵਰ ਕੌਮ ਦੇ, ਜਿਹੜੇ ਟੈਲੀਫੋਨ ਤੇ ਇੱਕ ਡਰਾਮਾ ਕੀਤਾ ਗਿਆ ਸੀ ਭਗਵੰਤ ਮਾਨ ਵੱਲੋਂ ਜੀ, ਹਾਂ ਦੱਸੋ ਜੀ ਸਾਡੇ ਕੋਲ ਕਿੰਨੀ ਬਿਜਲੀ ਹੈ ਜੀ ਫਲਾਣਾ, ਤੇ ਆਪਕੋ ਪਤਾ ਹੀ ਹੁੰਦਾ ਹੈ ਇੰਟਰਵਿਊ, TV ਇੰਟਰਵਿਊ ਦੇ ਦੌਰਾਨ ਉਹ ਡਰਾਮਾ ਸੀ,
ਤੇ ਉਹ ਸਾਰਾ ਕੁਛ ਸਭ ਨੂੰ ਪਤਾ ਹੁੰਦਾ, ਲੇਕਿਨ ਕਈ ਵਾਰੀ ਬੰਦੇ ਜਿਹੜੇ ਨਵੇਂ ਨਵੇਂ ਦੇਖਦੇ ਨੇ, ਜਿਹਨਾਂ ਨੂੰ ਨਹੀਂ ਇੰਨੀ ਸੋਝੀ ਕਿ ਵੀ ਇਹ ਸਾਰਾ ਕੁਛ ਡਰਾਮਾ ਹੀ ਕਰਦੇ ਨੇ, ਤੇ ਇਹ ਜਿਹੜਾ ਜਿਹੜਾ ਕੁਛ ਨਾਟਕ ਪ੍ਰਿਟੀਕਲ ਹੁੰਦਾ ਨਾ, ਇਹ ਜਿੰਨਾ ਸਟੇਜ ਤੇ ਹੁੰਦਾ ਉਦੋਂ ਜ਼ਿਆਦਾ ਸਟੇਜ ਤੇ ਪਿੱਛੇ ਵੀ ਹੁੰਦਾ। ਖੈਰ ਆਪਾਂ ਤਾਂ ਗੱਲ ਕਰੀਏ ਬਿਜਲੀ ਦੀ ਖਪਤ ਦੀ। ਬਿਜਲੀ ਖਪਤ ਵੱਧ ਰਹੀ ਹੈ ਟੋਟਲ, ਜੇ 16,000 ਮੈਗਾਵਾਟ ਤੋਂ ਵੱਧ ਗਈ ਤੇ ਸਾਡੇ ਕੋਈ ਪ੍ਰਬੰਧ ਨਹੀਂ। ਮੈਂ ਨੀ ਕਹਿੰਦਾ ਸੁਨੀਲ ਜਾਖੜ ਨੇ ਚਿੰਤਾ ਪ੍ਰਗਟਾਈ ਪੁਰਾਣੇ ਨੇ, ਉਹ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਅੱਜ ਕੱਲ੍ਹ 8-8 ਘੰਟੇ ਮੈਂ ਤਾਂ ਇੱਕ ਖ਼ਬਰ ਇਹ ਵੀ ਦੇਖ ਰਿਹਾ ਸੀ ਕਿ ਮੋਟਰਾਂ ਛੱਡ ਦਿੰਦੇ ਨੇ, ਉਹਦੀ ਲੋੜ ਵੀ ਨੀ ਹੁੰਦੀ, ਤਾਂ ਵੀ ਪਾਣੀ ਜਿਹੜਾ ਹੈ ਜਿਹੜਾ ਖੜਾ ਰਹਿੰਦਾ ਹੈ ਬਹੁਤ ਵਾਰ। ਕਿ ਜਦੋਂ ਬਾਦਲ ਸਾਹਿਬ ਨੇ ਇਹ ਕੰਮ ਕੀਤਾ ਸੀ ਨਾ, ਇਹ ਤਾਂ ਕਹਿੰਦੇ ਨੇ ਸਾਡਾ ਅਸੀਂ ਬਿਜਲੀ ਫ੍ਰੀ ਕੀਤੀ, ਕਿਹਦੇ ਲਈ ਕੀਤੀ ਜਰਾ ਇਹ ਵੀ ਦੱਸੋ। ਧਨਾੜ ਕਿਸਾਨਾਂ ਨੂੰ ਕੱਢਿਆ ਇਹਦੇ ਚ ਬਾਹਰ, ਤੇ ਇੱਕ ਕਿਸਾਨ ਮੈਂ ਸੁਣਿਆ ਉਹ ਕਹਿੰਦਾ ਜੀ ਇਨਕਮ ਟੈਕਸ ਲਾਓ, ਜਿਹੜੇ ਕਿਸਾਨਾਂ ਦੀ ਇਨਕਮ ਜ਼ਿਆਦਾ ਉਹਨਾਂ ਨੂੰ ਕਿਉਂ ਨੀ ਉਹਨਾਂ ਤੇ ਲਾਉਂਦੇ, ਤੇ ਜਿਹੜੇ ਕਿਸਾਨ ਆਉਂਦੇ ਨੇ ਇਨਕਮ ਟੈਕਸ ਦੇ ਦਾਇਰੇ ਚ ਉਹਨਾਂ ਦੀਆਂ ਮੋਟਰਾਂ ਕਿਉਂ ਫ੍ਰੀ ਨੇ। ਬੜਾ ਕੁਛ ਚੱਲ ਰਿਹਾ ਹੈ, ਲੇਕਿਨ ਬਿਜਲੀ ਦੀ ਖਪਤ ਵੱਧ ਰਹੀ ਹੈ। ਆਪਾਂ ਪਿਆਰੇ ਦਰਸ਼ਕੋ ਤੀਜੇ ਹਿੱਸੇ ਵੱਲ ਹੁਣ ਜਾਣਾ ਪੈਣਾ ਕਿਉਂਕਿ ਬ੍ਰੇਕ ਦਾ ਟਾਈਮ ਹੋ ਰਿਹਾ ਹੈ, ਤੇ ਉਹਦੇ ਚ ਆਪਾਂ ਫਿਰ ਲਾਰੈਂਸ ਪਿਸ਼ਨੋਈ ਇੱਕ ਵਾਰ ਫਿਰ ਖ਼ਬਰਾਂ ਚ, ਔਰ ਉਸਨੇ ਪਾਕਿਸਤਾਨ ਦੇ ਆਪਣੇ ਇੱਕ ਗੈਂਗਸਟਰ ਸਾਥੀ ਸਹਿਜਾਦ ਪੱਟੀ ਨੂੰ, ਇਹੀ ਹੁੰਦਾ ਗੈਂਗਸਟਰਾਂ ਦਾ ਸਾਥੀ ਤਾਂ ਗੈਂਗਸਟਰ ਹੀ ਹੋਊਗਾ, ਜੇ ਕ੍ਰਿਕਟਰ ਦਾ ਕ੍ਰਿਕਟਰ ਹੋ, ਜੇ ਨਵਜੋਤ ਸਿੰਘ ਸਿੱਧੂ ਤਾਂ ਇਮਰਾਨ ਖਾਨ ਕਰੂ, ਕ੍ਰਿਕਟ ਕਰਕੇ ਸਾਂਝ ਤਾਂ ਆਪਣੀ ਹੁੰਦੀ ਹੈ। ਇਸੇ ਤਰ੍ਹਾਂ ਮੈਂ ਜਿਹੜੀ ਗੱਲ ਜਗਮੋਹਨ ਸਿੰਘ ਰਾਜੂ ਦੀ ਕੀਤੀ ਸੀ, ਉਹ ਕਹਿੰਦੇ ਜੀ ਅੰਮ੍ਰਿਤ ਸ਼ਾਹ ਜੀ ਅੱਜ ਲੋੜ ਨੀ ਹੈ ਸਾਨੂੰ, ਜਿਹੜੀਆਂ ਤੁਸੀਂ ਸਾਨੂੰ ਇੰਨੀ ਸਿਕਿਉਰਿਟੀ ਦਿੱਤੀ ਹੈ, ਅਸਲ ਭਾਰਤੀ ਜਨਤਾ ਪਾਰਟੀ ਇਹਦੇ ਕਰਕੇ ਹਾਰੀ ਆ। ਭਾਈ ਜੇ ਨਾ ਦਿੱਤੀ ਹੁੰਦੀ ਸਿਕਿਉਰਿਟੀ ਤਾਂ ਹੰਸਰਾਜ ਹੰਸ ਨੂੰ ਪੁੱਛ ਕੇ ਦੇਖੋ ਉਹਦਾ ਕੀ ਬਣਦਾ। ਖੈਰ ਇਹ ਖ਼ਬਰ ਆਪਾਂ ਅੱਗੇ ਜਾ ਕੇ ਲੈਂਦੇ ਹਾਂ। ਖ਼ਬਰ ਕੇਜਰੀਵਾਲ ਸਾਹਿਬ ਦੀ ਵੀ ਲੈਣੀ ਬਣਦੀ ਆ ਅੱਜ। ਅੱਜ ਉਹਨਾਂ ਦੀ ਅਰਜ਼ੀ ਜਿਹੜੀ ਰੈਗੂਲਰ ਜਮਾਨਤ ਦੀ ਹੈ ਉੱਤੇ ਸੁਣਵਾਈ ਹੋਣੀ ਹੈ। ਦਿੱਲੀ ਦਾ ਜਲ ਸੰਕਟ ਬੁਰੀ ਤਰੀਕੇ ਨਾਲ ਘੇਰ ਰਿਹਾ ਹੈ, ਲੀਕੇਜ ਹੈ ਔਰ ਜਲ ਮਾਫੀਆ ਕੰਮ ਕਰ ਰਿਹਾ, ਇਹ ਵੀ ਗੱਲ ਕਰਾਂਗੇ। ਇੱਕ ਟਾਈਮ ਤਾਂ ਐਸਾ ਸੀ ਵੀ ਹਰਿਆਣਾ ਦੇ ਵਿੱਚ ਨੈਬ ਸੈਣੀ ਦੀ ਸਰਕਾਰ ਜਿਹੜੀ ਖਤਰੇ ਚ ਪੈ ਸਕਦੀ ਹੈ, ਪਰ ਰਾਤੋ ਰਾਤ ਉਹਨਾਂ ਨੇ ਬੜਾ ਕੁਛ ਕਰਤਾ। ਜਦੋਂ ਸਰਕਾਰਾਂ ਕੋਲ ਜਿਹੜਾ ਨਾਲੇ ਉਹ ਵੀ ਭਾਰਤੀ ਜਨਤਾ ਪਾਰਟੀ ਵਰਗੀ ਸਰਕਾਰ ਹੋ, ਉਹਨਾਂ ਨੇ ਕਿਰਨ ਚੌਧਰੀ ਨੂੰ ਲੈ ਲਿਆ ਨਾਲ। ਜਦੋਂ ਨੂੰ ਇਹ ਪ੍ਰੋਗਰਾਮ ਖਤਮ ਹੋਣਾ, ਕਿਰਨ ਚੌਧਰੀ ਆਪਦੀ ਬੇਟੀ ਸਰੂਤੀ ਨਾਲ ਭਾਜਪਾ ਹੀ ਬਣ ਚੁੱਕੀ ਹੋ, ਕਹਿੰਦੇ ਨੇ ਕਿ ਰਾਜ ਸਭਾ ਦੀ ਚਿੱਠ ਦਾ ਸੌਦਾ ਹੋਇਆ, ਕਰਦੇ ਹਾਂ ਗੱਲ ਅਗਲੇ ਹਿੱਸੇ ਚ ਜਾ ਕੇ ਆਪਾਂ। ਤੇ ਜਿਹੜੀ ਸੁਖਵਿੰਦਰ ਸਿੰਘ ਸੁੱਖੂ, ਉਹ ਕਹਿੰਦੇ ਪੰਜਾਬ ਹੈ ਸਾਡਾ ਵੱਡਾ ਭਰਾ, ਇਹ ਵੀ ਨਾ ਤੁਸੀਂ ਮਾੜੀ ਜਿਹੀ ਗੱਲ ਨੂੰ ਹਵਾ ਦਿਓ। ਪੰਜਾਬ ਹਿਮਾਚਲ ਚ ਤਾਂ ਜਿਹੜਾ ਵੀ ਟੂਰਿਸਟ ਆਉਂਦਾ ਹੈ ਉਹਦੀ ਅਸੀਂ ਪੂਰੀ ਇੱਜ਼ਤ ਕਰਦੇ ਹਾਂ, ਇਹ ਕਿਹਾ। ਮਜੀਠੀਆ ਸਾਹਿਬ ਨੂੰ ਜਿਹੜੀ ਹੈ ਸਿੱਟ ਅੱਗੇ ਪੇਸ਼ ਹੋਣਾ ਸੀ, 8 ਜੁਲਾਈ ਤੱਕ ਰਾਹਤ ਹਾਈਕੋਰਟ ਨੇ ਦਿੱਤੀ ਹੈ, ਤੇ ਚਿਤਨੀ ਜਾਨ ਨੂੰ ਕਰਦਾ ਰੰਗਲੀ ਦੁਨੀਆ ਤੋਂ। ਇਹ ਮੀਡੀਆ ਨੂੰ ਪੁੱਛ ਕੇ ਦੇਖ ਲਓ ਤੁਸੀਂ, ਸੱਚਮੁੱਚ ਹੀ ਅੰਦਰੋਂ ਅੰਦਰੀ ਦਿੱਲੀ ਕਰਦਾ ਸੀ, ਪਰ ਆਖਰੀ ਤਰੀਕ ਆ ਗਈ ਸੀ, ਇਸ ਕਰਕੇ ਵਿਧਾਇਕੀ ਛੱਡਣੀ ਪਈ, ਉਹਨੇ ਅਸਤੀਫਾ ਦਿੱਤਾ। ਤੇ ਦੋ ਖ਼ਬਰਾਂ ਆਪਾਂ ਲਵਾਂਗੇ ਅਗਲੇ ਹਿੱਸੇ, ਜਿਹੜੀ ਆ ਸੁਸਾਈਡ ਦੀਆਂ ਬੜੀਆਂ ਹੈਰਾਨੀ ਦੀ ਗੱਲ। ਇੱਕ ਨੇ ਪੁਲਿਸ ਦੇ ਬੁਲਾਉਣ ਖਾਤਰ ਸੁਸਾਈਡ ਕੀਤਾ, ਕਿ ਪੁਲਿਸ ਨੇ ਮੈਨੂੰ ਬੁਲਾ ਕੇ ਬੇਇੱਜ਼ਤ ਕੀਤਾ, ਇਸ ਕਰਕੇ ਸੁਸਾਈਡ ਕੀਤਾ, ਪਟਿਆਲੇ ਦੀ ਖ਼ਬਰ। ਦੂਜੀ ਖ਼ਬਰ ਹੈ ਜਿਹੜਾ ਪੁਲਿਸ ਵਾਲੇ ਨੇ ਸੁਸਾਈਡ ਕੀਤਾ, ਸਾਬਕਾ ਜਿਹੜਾ ਹੈ ਜਿਹੜਾ ਰਿਟਾਇਰਡ DSP ਬਲਵਿੰਦਰ ਸਿੰਘ ਭੁੱਲਰ ਲੁਧਿਆਣੇ ਸਰਾਭਾ ਨਗਰ ਚ ਰਹਿੰਦਾ ਸੀ, ਤੇ ਉਹਨੇ
ਆਪਣੇ ਆਪ ਨੂੰ ਗੋਲੀ ਮਾਰੀ, ਇਹ ਸਾਰੀਆਂ ਖਬਰਾਂ ਆਪਾਂ ਲਵਾਂਗੇ ਅਗਲੇ ਹਿੱਸੇ ਦੇ ਵਿੱਚ, ਜਿਹੜਾ ਕਿ ਤੁਸੀਂ ਟੀਵੀ ਤੇ ਸੁਣੋਗੇ 10 ਵਜੇ ਤੇ ਜਾਂ ਫਿਰ ਯੂਟਿਊਬ ਤੇ ਫੇਸਬੁੱਕ ਤੇ ਹੁਣੇ ਜੁੜੇ ਰਹਿ ਸਕਦੇ ਹੋ ਸਾਡੇ ਨਾਲ। ਪਿਆਰੇ ਦਰਸ਼ਕੋ, ਇੱਕ ਟਾਈਮ ਸੀ, ਅਸੀਂ ਉਹ ਟਾਈਮ ਦੇਖਿਆ, ਸ਼ਾਇਦ ਨਵੀਂ ਪੀੜ੍ਹੀ ਨੇ ਨਹੀਂ ਦੇਖਿਆ, ਕਿ ਜਦੋਂ ਫਿਲਮਾਂ ਦੇ ਵਿੱਚ ਕੋਈ ਸਰਦਾਰ ਦਾ ਕਰੈਕਟਰ ਦਿਖਾਇਆ ਜਾਂਦਾ ਸੀ, ਉਹ ਮਜ਼ਾਕੀਆ ਬਣਾਇਆ ਜਾਂਦਾ ਸੀ, ਉਹਦੀ ਪੱਗ ਵੀ ਬੜੀ ਅਜੀਬ ਕਿਸਮ ਦੀ ਹੁੰਦੀ ਸੀ ਤੇ ਉਹ ਟੋਪੀ ਵਰਗੀ ਪੱਗ, ਜਿਵੇਂ ਤੁਸੀਂ ਸਿੰਘ ਇਜ਼ ਕਿੰਗ ਚ ਅਕਸ਼ੇ ਕੁਮਾਰ ਦੀ ਦੇਖੀ, ਉਸ ਤਰ੍ਹਾਂ ਦਾ, ਜਾਂ ਉਹਨੂੰ ਢਾਬੇ ਵਾਲਾ ਬਣਾ ਦੇਣਾ, ਜਾਂ ਉਹ ਟਰੱਕ ਡਰਾਈਵਰ ਜਿਹਾ ਬਣਾ ਦੇਣਾ, ਮਤਲਬ ਕਿ ਸਰਦਾਰਾਂ ਦਾ ਜਿਹੜਾ ਨਾ ਇੱਕ ਖਾਸ ਕਿਸਮ ਦਾ ਅੰਗੇਜ਼ ਜਿਹਨੂੰ ਕਹਿੰਦੇ ਆ, ਉਹ ਖਰਾਬ ਕਰਨ ਵਾਲੀ ਸਥਿਤੀ ਜਿਹੀ ਫਿਲਮਾਂ ਚ ਹੁਣ ਤੱਕ ਦੇਖਦਾ ਸੀ। ਮੈਂ ਪੁਰਾਣੀ ਗੱਲ ਕਰ, ਮੈਂ ਦੋ ਬੰਦਿਆਂ ਨੂੰ ਇਹਦੇ ਚ ਕ੍ਰੈਡਿਟ ਦਿੰਦਾ, ਇੱਕ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਕ੍ਰਿਕਟ ਖੇਡਿਆ, ਕ੍ਰਿਕਟ ਤੋਂ ਬਾਅਦ ਜਦੋਂ ਕਮੈਂਟਰੀ ਚ ਆਇਆ ਤੇ ਸ਼ੋ ਚ ਆਇਆ ਕਪਲ ਦੇ ਵਿੱਚ, ਉਸਨੇ ਇਹ ਸਿਖਾਤਾ ਲੋਕਾਂ ਨੂੰ ਕਿ ਕੱਪੜੇ ਪਾਉਣੇ ਸਰਦਾਰਾਂ ਨੂੰ ਆਉਂਦੇ ਨੇ, ਪੱਗ ਬੰਨਣੀ ਸਰਦਾਰਾਂ ਨੂੰ ਆਉਂਦੀ ਹੈ, ਅੰਗਰੇਜ਼ੀ ਬੋਲਣੀ ਸਰਦਾਰਾਂ ਨੂੰ ਆਉਂਦੀ ਹੈ, ਹਿੰਦੀ ਪੰਜਾਬੀ। ਉਹ ਨਵਜੋਤ ਸਿੰਘ ਸਿੱਧੂ ਦੀ ਮੈਚਿੰਗ, ਉਹਦੇ ਕੱਪੜੇ ਪਾਉਣ ਦਾ ਢੰਗ, ਅੰਗਰੇਜ਼ੀ ਭਾਵੇਂ ਨਹੀਂ ਪਰ ਦੂਜੇ ਪਾਸੇ ਦਲਜੀਤ ਦਸਾਂਝ, ਉਸ ਨੂੰ ਵੀ ਜਿਵੇਂ ਕਪਲ ਨੇ ਆਪਣੀ ਵੀਕਨੈਸ ਨੂੰ ਅੱਗੇ ਨਹੀਂ ਆਉਣ ਦਿੱਤਾ, ਦਲਜੀਤ ਨੇ ਵੀ ਲਿਆਉਣ, ਦਲਜੀਤ ਦੀ ਸਿਫਤ ਤੇ ਰਹੀ। ਬਾਕੀ ਜਿਵੇਂ ਸਿੰਗਰ ਸੀ, ਇੱਕ ਸਿੰਗਰ ਸੀ, ਪਰ ਸਿੰਗਰ ਵੀ ਇਹੋ ਜਿਹਾ ਜਿਹੜਾ ਲੋਕਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਇਆ ਕਈ ਗਾਣਿਆਂ ਕਰਕੇ, ਲੱਕ ਡਵਾਂਟੀ ਕਰਕੇ, ਲੇਕਿਨ ਉਹਨੇ ਆਪਦੀ ਜਿਹੜੀ ਹੈ ਨਹੀਂ ਛੱਡੀ ਫਿਤਰਤ, ਪੱਗ ਬੰਨ ਕੇ ਫਿਲਮਾਂ ਕੀਤੀਆਂ, ਪੰਜਾਬੀ ਫਿਲਮਾਂ ਚ ਆਇਆ, ਹਿੰਦੀ ਫਿਲਮਾਂ ਚ ਤਾਂ ਪੰਜਾਬ ਚ ਆ ਗਿਆ, ਉਦੋਂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬਹੁਤ ਅਪਡੋ ਹੋਇਆ ਕਿਉਂਕਿ ਉਹ ਕੂਏ ਬਣ ਹੈ, ਐਕਟਿੰਗ ਵੀ ਵਧੀਆ, ਗਾਉਂਦਾ ਵੀ ਠੀਕ ਹੈ। ਆਹ ਤੁਸੀਂ ਜਦੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਔਰ ਦੁਨੀਆ ਦੇ 10ਵੇਂ ਨੰਬਰ ਦੇ ਅਮੀਰ ਆਦਮੀ ਇੰਨਲ ਅੰਬਾਨੀ ਦੇ ਮੁੰਡੇ ਦੀ ਪ੍ਰੀ ਵੈਡਿੰਗ ਚ ਤੁਸੀਂ ਦੇਖਿਆ, ਜਿਸ ਤਰੀਕੇ ਨਾਲ ਇਹਨੇ ਰੰਗ ਬੰਨਿਆ, ਔਰ ਉਹ ਮੁੰਡਾ ਅਨੰਤ ਅੰਬਾਨੀ ਇਹਨੂੰ ਕਹਿੰਦਾ ਸੁਣਿਆ ਸਾਰਿਆਂ ਨੇ ਕਿ ਹੋਰ ਲਾ ਦੇ ਯਾਰ, ਥੋੜਾ ਟਾਈਮ ਹੋਰ ਲਾ ਦੇ। ਸੋ ਉੱਥੇ ਨੇ ਕਾਫੀ ਪੰਜਾਬੀਆਂ ਦੀ ਬੱਲੇ ਬੱਲੇ ਕਰਾਈ। ਹੁਣ ਪੰਜਾਬੀ ਦੀ ਬੱਲੇ ਬੱਲੇ ਕਰਾਉਣ ਦਾ ਇੱਕ ਕਾਰਨ, ਅੱਜ ਕੱਲ੍ਹ ਇਹ ਨੌਰਥ ਅਮੈਰੀਕਾ ਦੇ ਉੱਥੇ ਦਿਲ ਲੁਬੀ ਨਾਚੀ ਨਾਉਣਾ ਇੱਕ ਪ੍ਰੋਗਰਾਮ। ਹੁਣ ਅਮਰੀਕਾ ਚ ਸੀ, ਅਮਰੀਕਾ ਦੇ ਵਿੱਚ ਇੱਕ ਬਹੁਤ ਪਾਪੂਲਰ ਸ਼ੋਅ ਹੈ, ਦੀ ਟੂ ਨਾਈਟ ਸ਼ੋਅ ਵਿਦ ਜਿੰਮੀ ਫੈਲਨ। ਜਿਵੇਂ ਆਪਾਂ ਕਹਿ ਦਈਏ ਨਾ, ਆਪਣਾ ਬਹੁਤ ਇੰਡੀਆ ਦੇ ਵਿੱਚ ਕਪਲ ਸ਼ੋਅ ਜਿਹੜਾ ਹੈ ਉਹ ਪਾਪੂਲਰ ਹੈ, ਇਸ ਤਰ੍ਹਾਂ ਹੀ ਜਿੰਮੀ ਫੈਲਨ ਉੱਥੇ ਕਾਫੀ ਪਾਪੂਲਰ ਮਸ਼ਹੂਰ ਜਿਹੜਾ ਟੀਵੀ ਸ਼ੋਅ ਦਾ ਐਂਕਰ ਹੈ। ਉਹਦੇ ਨਾਲ ਦਲਜੀਤ ਜਿਹੜਾ ਹੈ ਦੇਖਣ ਨੂੰ ਮਿਲਿਆ, ਨਾ ਸਿਰਫ ਮਿਲਿਆ, ਉਹਨੂੰ ਅੰਗਰੇਜ਼ੀ ਬੰਦੇ ਨੂੰ ਪੰਜਾਬੀ ਸਿਖਾਉਂਦਾ ਮਿਲਿਆ। ਮੈਂ ਸੁਣ ਰਿਹਾ ਸੀ, ਉਹਨੂੰ ਦੱਸ ਰਿਹਾ ਸੀ ਕਿ ਪੰਜਾਬੀ ਆ ਗਏ ਹੋਏ, ਤੇ ਫਿਰ ਉਹ ਬੋਲਦਾ ਪੰਜਾਬੀ ਆ ਗਏ ਹੋਏ, ਤੇ ਫਿਰ ਉਹਨੂੰ ਸਤਿ ਸ੍ਰੀ ਅਕਾਲ। ਮਤਲਬ ਗੱਲ ਛੋਟੀ ਹੁੰਦੀ ਹੈ, ਸੰਕੇਤਕ ਹੁੰਦੀ ਹੈ, ਇਹ ਸੰਕੇਤ ਇਹ ਦੇ ਰਿਹਾ ਕਿ ਦਲਜੀਤ ਨੇ ਸੱਚਮੁੱਚੀ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕਾਫੀ ਹਿੰਮਤ ਦਿਖਾਈ ਹੈ। ਇਹ ਮੈਂ ਤੁਹਾਨੂੰ ਪਹਿਲੀ ਖਬਰ ਸਾਂਝੀ ਕਰਨੀ ਸੀ ਬ੍ਰੇਕ ਤੋਂ ਬਾਅਦ।
ਥੋੜਾ ਜੋ ਲਾ ਰਹੇ ਸੀ ਕੁਛ ਨੂੰ ਉਹ ਖਬਰਾਂ ਚ, ਉਹ ਕਿਉਂ ਖਬਰਾਂ ਚ, ਉਹ ਇਸ ਕਰਕੇ ਖਬਰਾਂ ਚ ਉਹਦੀ ਇੱਕ ਵੀਡੀਓ ਵਾਇਰਲ ਹੋਈ। ਉਹ ਵੀਡੀਓ ਚ ਉਹ ਪਾਕਿਸਤਾਨ ਦਾ ਇੱਕ ਜਿਹੜਾ ਗੈਂਗਸਟਰ ਹੈ ਸਹਿਜਾਦ ਭੱਟੀ, ਉਹਨੂੰ ਕਹਿ ਰਿਹਾ ਕਿ ਈਦ ਮੁਬਾਰਕ 21 ਕਰਦੀ ਹੈ ਸਾਰੀ। ਉਹ ਕਹਿੰਦੇ ਜੀ ਸਾਡੀ ਈਦ ਕੱਲ ਨੂੰ ਹੈ, ਤੁਹਾਡੇ ਇੱਥੇ ਪਹਿਲਾਂ ਹੋ ਗਈ। ਤੂੰ ਕਹਿੰਦੇ ਚੱਲ ਕੱਲ ਨੂੰ ਵੀ ਮੈਂ ਕਰ ਦੂ, ਲੇਕਿਨ ਇਹ ਵੀਡੀਓ ਵਾਇਰਲ ਹੋਈ। ਅੱਜ ਕੱਲ ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਚ ਹੈ ਗੁਜਰਾਤ ਦੀ ਚ। ਹੁਣ ਗੁਜਰਾਤੀ ਬੰਦਾ ਆ ਕੇ ਅਫਸਰ ਇਹ ਕਹਿ ਰਿਹਾ ਸੀ ਇਹ ਜ਼ਰੂਰੀ ਨਹੀਂ ਜੀ ਇਹ ਗੁਜਰਾਤ ਤੋਂ ਬਣੀ ਹੋਵੇ, ਜ਼ਰੂਰੀ ਨਹੀਂ ਇਹ ਸਹੀ ਹੋਵੇ। ਤਿੰਨ ਵਾਰੀ ਈਦ ਆਉਂਦੀ ਹੈ, ਕਿਹੜੀ ਈਦ ਦੀ ਹੈ, ਕਦੋਂ ਦੀ ਹੈ ਇਹ ਕੋਈ ਪਤਾ ਨਹੀਂ, ਤੇ AI ਦੀ ਵੀ ਇਹ ਕਰਾਮਾਤ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ। ਲੇਕਿਨ ਇਹ ਲਾਰੈਂਸ ਬਿਸ਼ਨੋਈ ਫਿਰ ਖਬਰਾਂ ਚ ਹੈ ਤੇ ਇਹ 20 ਦਿਨ ਬਾਅਦ ਦੁਬਾਰਾ ਦੀ ਵੀਡੀਓ ਵਾਇਰਲ ਹੋਈ ਹੈ ਸਿੱਧੂ ਮੂਸੇਵਾਲੇ ਦੀ ਬਰਸੀ ਤੋਂ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਹੁਣ ਬਰਸੀ ਬਣਾ ਕੇ ਹਟੇ ਨੇ। ਹੁਣ ਇਹ ਜਿਹੜੀ ਹੈ ਵੀਡੀਓ ਵਾਇਰਲ ਹੋਈ ਹੈ। ਬਲਕੌਰ ਸਿੰਘ ਸਿੱਧੂ ਦਾ ਜਿਹੜਾ ਹੈ ਦੁਖੀ ਹੋਣਾ ਕਹਿਣਾ ਸੁਭਾਵਿਕ ਹੈ। ਉਹ ਕਹਿੰਦੇ ਇਹਨੂੰ ਤਾਂ ਜੇਲ੍ਹ ਦੇ ਵਿੱਚ ਹੋਟਲ ਵਰਗੀ ਟਰੀਟਮੈਂਟ ਮਿਲਦੀ ਹੈ, ਬਾਈ ਜਿਹੜੀ VIP ਟਰੀਟਮੈਂਟ ਮਿਲਦੀ ਹੈ। ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ, ਕੋਈ ਕਮੀ ਕੋਈ ਨੀ। ਮੋਬਾਈਲ ਵਗੈਰਾ ਜਦੋਂ ਸਿੱਧੂ ਦਾ ਕਤਲ ਹੁੰਦਾ ਉਹ ਤਾਂ ਮੋਬਾਈਲ ਆਪਾਂ ਸਭ ਨੇ ਸੁਣਿਆ ਕਿ ਇਹਨੂੰ ਦੱਸਿਆ ਜਾਂਦਾ ਵਿਗਿਆਨੀ ਵਾਰਤਾ, ਤਾਂ ਇਹ ਸਾਰੀਆਂ ਫੈਸਿਲਿਟੀਜ਼ ਦੇ ਬਾਰੇ ਚ ਬਲਕੌਰ ਸਿੰਘ ਸਿੱਧੂ ਨੇ ਵੀ ਗੱਲ ਕੀਤੀ। ਮੈਂ ਤੁਹਾਨੂੰ ਪਿਛਲੇ ਹਿੱਸੇ ਚ ਇੱਕ ਗੱਲ ਦੱਸੀ ਸੀ ਕਿ ਅੱਜ ਕੱਲ ਜਿਹੜਾ ਪ੍ਰੇਮ ਸਿੰਘ ਚੰਦੂਮਾਜਰਾ ਕਾਫੀ ਐਕਟਿਵ ਹੋਏ ਨੇ ਔਰ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਭਾਵੇਂ ਕਿ ਉਹ ਨਹੀਂ ਬੋਲਦੇ ਪਰ ਲੱਗਦਾ ਕਿ ਹੁਣ ਲੀਡਰਸ਼ਿਪ ਤਬਦੀਲੀ ਦਾ ਟਾਈਮ ਆ ਗਿਆ ਜੇ ਬਚਾਉਣਾ ਹੈ ਤੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ। ਇਹ ਗੱਲ ਮੈਂ ਕਰ ਚੁੱਕਿਆ ਪਰ ਹੁਣ ਮੈਂ ਗੱਲ ਇਹ ਕਰ ਰਿਹਾ ਵੀ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਸੀ ਉਹ ਤੋਂ ਉਲਟ ਸਟੈਂਡ ਲੈਂਦੇ ਦਿਖ ਰਹੇ ਨੇ ਪ੍ਰੇਮ ਸਿੰਘ ਚੰਦੂਮਾਜਰਾ। ਹੁਣ ਉਹ ਕਹਿੰਦਾ ਸੀ ਸੁਖਬੀਰ ਸਿੰਘ ਬਾਦਲ ਕਿ ਇਹ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਹੈ ਜੀ, ਅੰਮ੍ਰਿਤਪਾਲ ਦਾ ਸਾਲ ਵੀ ਨਹੀਂ ਕੱਟਿਆ ਜੇਲ੍ਹ ਚ ਤਾਂ ਹੁਣੇ ਹੈ ਬੋਲ ਰਿਹਾ। ਉਹ ਬੱਦੀ ਸਿੰਘ ਦੇਖੋ 30-30 ਸਾਲ ਹੋ ਗਏ ਬੈਠਿਆਂ ਨੂੰ ਇਹੋ ਜਿਹੀਆਂ ਗੱਲਾਂ ਕੀਤੀਆਂ, ਏਜੰਸੀਆਂ ਦਾ ਬੰਦਾ ਜਿਹੜੇ ਨੂੰ ਇਹਨਾਂ ਦੇ ਪ੍ਰਧਾਨ ਏਜੰਸੀਆਂ ਦਾ ਬੰਦਾ ਕਹਿੰਦੇ ਸੀ ਉਹਨੂੰ ਪ੍ਰੇਮ ਸਿੰਘ ਚੰਦੂਮਾਜਰਾ ਕਹਿੰਦਾ ਕਿ ਇਹਨੂੰ ਜਿਹੜਾ ਹੈ ਰਿਹਾ ਹੋਣਾ ਚਾਹੀਦਾ ਤੇ ਕਿਉਂਕਿ ਉਹਨੂੰ ਲੋਕਾਂ ਨੇ ਜਿਤਾਇਆ। ਇਹਦਾ ਮਤਲਬ ਦੋ ਬੰਦੇ ਤਾਂ ਜਿਹੜੇ ਬਿਲਕੁਲ ਖਿਲਾਫ, ਇੱਕ ਪਿਰਸਾ ਸਿੰਘ ਬਟੋਹਾ ਤੇ ਇੱਕ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਸੋਚ ਦੇ ਖਿਲਾਫ ਪ੍ਰੇਮ ਸਿੰਘ ਚੰਦੂਮਾਜਰਾ ਮੰਗ ਕਰ ਰਿਹਾ ਹੈ ਕਿ ਇਹਨਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ। ਸੋ ਇੱਥੋਂ ਇਉਂ ਕਈ ਗੱਲਾਂ, ਆਦੇਸ਼ ਪ੍ਰਤਾਪ ਕਹਿ ਰਹੇ ਵੀ ਉਹਦੇ ਹੱਕ ਚ ਭੁਗਤ ਰਿਹਾ, ਇੱਥੋਂ ਲੱਗਦਾ ਜਦੋਂ ਮੈਂ ਕਹਿਣਾ ਕਿ ਸਾਰਾ ਕੁਛ ਠੀਕ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਚ। ਆਹੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਜਿਹੜੀਆਂ ਸੰਕੇਤ ਦਿੰਦੀਆਂ ਨੇ ਤੇ ਇਹ ਬੰਦਾ ਡਿਬਰੂਗੜ੍ਹ ਜੇਲ੍ਹ ਚ ਬੈਠਾ ਅੰਮ੍ਰਿਤਪਾਲ ਨੂੰ ਛੱਡਿਆ ਜਾਵੇ, ਇਹ ਗੱਲ ਉਹਨੇ ਕੀਤੀ। ਵੈਸੇ ਕਈ ਚੰਗੀਆਂ ਖਬਰਾਂ ਵੀ ਨਾਲ ਨਾਲ ਲੈ ਲੈਣੀਆਂ ਚਾਹੀਦੀਆਂ ਨੇ। ਕਹਿੰਦੇ ਜੀ ਅਮਰੀਕਾ ਦੇ ਵਿੱਚ ਲੱਖਾਂ ਪ੍ਰਵਾਸੀ, ਬਹੁਤ ਪ੍ਰਵਾਸੀ, ਆਪਾਂ ਦੇਖਦੇ ਹਾਂ ਡੋਂਕੀ ਲਾ ਕੇ ਕਿਵੇਂ ਪੰਜਾਬੀ ਵੀ ਜਾਂਦੇ ਨੇ, ਭਾਰਤੀ ਜਾਂਦੇ ਨੇ, ਕੋਈ ਬਾਹਰ ਜਾਂਦਾ, ਕੋਈ ਪੜ੍ਹਿਆ ਜਾਂਦਾ ਹੈ। ਹੁਣ 5 ਲੱਖ ਪ੍ਰਵਾਸੀਆਂ ਨੂੰ ਇਹ ਬਾਈਡਨ ਜਿਹੜੀ ਹੈ ਸਰਕਾਰ ਜਾਂ ਬਾਈਡਨ ਜੇ ਬਾਈਡਨ ਉਹ ਨਾਗਰਿਕਤਾ ਸਿਟੀਜਨਸ਼ਿਪ ਦੇ ਸਕਦੇ,
ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਮੇਰਾ ਖਿਆਲ ਹੈ ਕਿ ਪੰਜਾਬੀਆਂ ਨੂੰ ਵੀ ਵਾਹਵਾ ਫਾਇਦਾ ਹੋਏਗਾ। ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ, ਖਬਰ ਉਹ ਹੁੰਦੀ ਹੈ ਜਿਹੜੀ ਰੇਅਰ ਹੁੰਦੀ ਹੈ, ਜਿਹੜੀ ਕਦੇ ਕਦੇ ਵਾਪਰਦੀ ਹੈ। ਤਾਂ ਹੁਣ ਖਬਰ ਜਿਹੜੀ ਇਹ ਹੈ ਕਿ ਰੇਅਰ ਦਾ ਮਤਲਬ ਹੈ ਕਿ ਜਦੋਂ ਜੇ ਮੰਨ ਲਓ ਜਿਹਦੀ ਘਟਨਾ ਹਰ ਰੋਜ਼ ਵਾਪਰਦੀ ਹੈ ਤੇ ਉਹ ਜੇ ਇੱਕ ਪੁਲਿਸ ਵਾਲੇ ਨੇ ਕਿਸੇ ਦੇ ਥੱਪੜ ਮਾਰਿਆ, ਪੁਲਿਸ ਵਾਲੇ ਥੱਪੜ ਮਾਰਦੇ ਹੀ ਨੇ। ਜੇ ਇੱਕ ਕੈਦੀ ਨੇ ਪੁਲਿਸ ਵਾਲੇ ਦੇ ਥੱਪੜ ਮਾਰੇ ਵੱਡੀ ਖਬਰ ਬਣ ਜੂ। ਜੇ ਪੁਲਿਸ ਵਾਲਾ ਕੈਦੀ ਨੂੰ ਜਗ੍ਹਾਦਾਰ ਕੁੱਟ ਰਿਹਾ ਉਹ ਖਬਰ ਨਹੀਂ ਬਣਦੀ, ਇਹਨਾਂ ਦਾ ਕੰਮ ਹੀ ਇਹ। ਤੇ ਇਸੇ ਤਰ੍ਹਾਂ ਜਦੋਂ ਕੋਈ ਕਹਿੰਦਾ ਜੀ ਮੈਨੂੰ ਤੁਸੀਂ ਸਿਕਿਉਰਿਟੀ ਦਿਓ, ਬੜੀ ਖਬਰ ਹੈ। ਲੋਕ ਤਾਂ ਆਪਦੀ ਤੇ ਗੋਲੀ ਚਲਾ ਦਿੰਦੇ ਨੇ ਵੀ ਮੈਨੂੰ ਸਿਕਿਉਰਿਟੀ ਮਿਲ ਜਾਵੇ। ਤੇ ਖਬਰ ਬਣਾਈ ਜਗਮੋਹਨ ਸਿੰਘ ਰਾਜੂ ਨੇ, IAS ਉਹ ਕਹਿੰਦੇ ਸਾਡੀ ਹਾਰ ਤਾਂ ਹੋਈ ਕਿ ਸਾਡੇ ਬੰਦਿਆਂ ਨੂੰ ਤੁਸੀਂ ਸਿਕਿਉਰਿਟੀ ਬੜੀ ਦਿੱਤੀ ਹੋਈ ਸੀ। ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ, ਸਿਕਿਉਰਿਟੀ ਗ੍ਰਹਿ ਮੰਤਰੀ ਨੇ ਦੇਣੀ। ਤੇ ਜਿਹੜੇ ਬੰਦੇ ਵੀ ਪਾਰਟੀ ਛੱਡ ਕੇ ਇੱਧਰ ਜਾਂਦੇ ਉਹਨੂੰ ਸਭ ਤੋਂ ਪਹਿਲਾਂ ਤਾਂ ਇਹੀ ਲਾਲਚ ਦਿੰਦੇ ਨੇ ਵੀ ਤੁਹਾਨੂੰ ਆਹ 22 ਸਿਕਿਉਰਿਟੀ ਦੇ ਦਿੱਤੀ, 8-10 ਬੰਦੇ ਤੁਹਾਨੂੰ ਮਿਲ ਜਾਂਦੇ ਨੇ ਅੱਗੇ ਪਿੱਛੇ, ਸੋਸ਼ਲ ਸਟੇਟਸ ਕਹਿ ਲਓ, ਕਾਸ਼ੀ ਤਲੰਗਰਾਲ ਨੂੰ ਵੀ ਮਿਲਿਆ ਹੋਇਆ, ਬਾਕੀ ਤਾਂ ਛੱਡੋ ਪੂਰਾ ਨਹੀਂ। ਤੇ ਜਗਮੋਹਨ ਸਿੰਘ ਰਾਜੂ ਕਹਿੰਦਾ ਨਹੀਂ ਮੇਰੀ ਇਹ ਤੁਸੀਂ ਵਾਪਸ ਲੈ ਲਓ ਸਿਕਿਉਰਿਟੀ, ਆਈ ਡੋਂਟ ਕਿਉਂ ਨਹੀਂ ਚਾਹੁੰਦਾ। ਉਹ ਕਹਿੰਦਾ ਜੀ ਇਹ ਜਿਹੜਾ VIP ਕਲਚਰ ਹੈ ਇਹ ਲੋਕਾਂ ਤੋਂ ਦੂਰ ਕਰਦਾ ਸਨ, ਤੁਸੀਂ ਇਹਨਾਂ ਤੇ ਸਮੀਖਿਆ ਕਰੋ। ਹੁਣ ਇਹ ਦੋਨੇ ਗੱਲਾਂ ਨੇ, ਸਿਕਿਉਰਿਟੀ ਦੀ ਵੀ ਲੋੜ ਹੁੰਦੀ ਹੈ ਇਹ 'ਚ ਕੋਈ ਸ਼ੱਕ ਨਹੀਂ, ਤੇ ਕਿੰਨੀ ਕੁ ਸਿਕਿਉਰਿਟੀ ਦੀ ਤੇ ਕਿਹਨੂੰ ਲੋੜ ਹੈ ਇਹਦੀ ਲੋੜ ਹੈ ਸਮੀਖਿਆ ਕਰਨ। ਔਰ ਦੂਜੀ ਗੱਲ ਇਹ ਕਿ ਸਿਕਿਉਰਿਟੀ ਜਿਹੜੀ ਦਿੱਤੀ ਜਾਂਦੀ ਹੈ ਉਹ ਤੇ ਇਹ ਵੀ ਸਮੀਖਿਆ ਕਰਨ ਦੀ ਲੋੜ ਹੈ ਕਿ ਸਰਕਾਰ ਦਾ ਖਰਚਾ ਸਰਕਾਰ ਕੀ ਜੇ ਤੇ ਕਰੇ, ਨਹੀਂ ਤਾਂ ਜਿਹੜਾ ਬੰਦੇ ਦੀ ਸਿਕਿਉਰਿਟੀ ਕਰਦੀ ਹੈ ਸਾਡੀਆਂ ਫੋਰਸਿਸ ਉਹਨਾਂ ਤੋਂ ਪੈਸਾ ਲੈਣਾ ਚਾਹੀਦਾ ਹੈ, ਇਸ ਪਾਸੇ ਨੂੰ ਸੋਚਣ ਦੀ ਲੋੜ ਹੈ। ਖੈਰ ਆਪਾਂ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇ, 2 ਜੂਨ ਨੂੰ ਸਰੈਂਡਰ ਦੁਬਾਰਾ ਕਰਨਾ ਪਿਆ, 21 ਦਿਨ ਦੇ ਭਾਸ਼ਣ ਦੇ ਕੇ ਗਏ ਇੱਥੋਂ ਤੇ ਕਹਿੰਦੇ ਮੈਂ ਦੇਸ਼ ਲਈ ਜਿਹੜਾ ਹੈ ਜੇਲ੍ਹ 'ਚ ਜਾ ਰਿਹਾ, ਤੇ ਮੰਗ ਕੀਤੀ ਗਈ ਸੀ ਕਿ ਜੇਲ੍ਹ ਦਾ ਜਵਾਬ ਵੋਟਾਂ ਨਾਲ, ਪਰ ਲੋਕਾਂ ਨੇ ਨਹੀਂ ਦਿੱਤਾ ਵੋਟਾਂ ਨਾਲ ਜਵਾਬ। ਹੁਣ ਤੱਕ ਉਹ ਮੈਡੀਕਲ ਗਰਾਊਂਡ ਤੇ ਜਮਾਨਤ ਮੰਗ ਰਹੇ ਸੀ ਕਿ ਮੈਂ ਟੈਸਟ ਕਰਾਉਣੇ ਨੇ, ਤੇ ਉਹ ਕਹਿੰਦੇ ਜਦੋਂ ਭਾਸ਼ਣ ਦਿੰਦੇ ਸੀ ਉਦੋਂ ਤੁਹਾਨੂੰ ਕੁਛ ਨਹੀਂ ਹੋਇਆ, ਹੁਣ ਤੁਸੀਂ ਕਹਿੰਦੇ ਮੈਂ ਟੈਸਟ ਕਰਾਉਣੇ ਨੇ। ਖੈਰ ਜੋ ਵੀ ਹੋਇਆ ਉਹ ਛੱਡੋ, ਤੇ ਅੱਜ ਪਤਾ ਲੱਗੂਗੀ। ਰੌਲਸ ਐਵਨਿਊ ਕੋਰਟ ਦੇ ਵਿੱਚ ਰੈਗੂਲਰ ਜਮਾਨਤ ਲਈ ਅਰਜੀ ਦੇ, ਪਹਿਲਾਂ ਨੂੰ ਗਈ, ਰੈਗੂਲਰ ਦੀ ਪਹਿਲਾਂ ਕਿਤੇ ਵੀ ਨਹੀਂ ਸੀ। ਸੋ ਜਿਹੜੀ ਜਮਾਨਤ ਵੀ ਮਿਲੀ ਸੀ ਬਿਨਾਂ ਅਰਜੀ ਤੋਂ ਮਿਲੀ ਸੀ, ਤੇ ਜਿਹੜੀ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਸੀ 21 ਦਿਨ ਦੀ, ਅੱਜ ਦੇਖਦੇ ਹਾਂ ਕਿ ਇਹਨਾਂ ਨੂੰ ਜਮਾਨਤ ਮਿਲਦੀ ਹੈ ਕਿ ਨਹੀਂ ਮਿਲਦੀ। ਵੈਸੇ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਵਿਰੋਧੀ ਦਰਖਾਸਤ ਸੌਂਪ ਕੇ ਭਾਰਤੀ ਜਨਤਾ ਪਾਰਟੀ ਐਕਸਪੋਜ਼ ਕਰਨ ਲੱਗੀ ਹੈ, ਦਿੱਲੀ ਦਾ ਜਲ ਸੰਕਟ ਜਿਹੜਾ ਹੈ ਉਹ ਇਹਨਾਂ ਦੇ ਬਹੁਤ ਵਿਰੁੱਧ ਜਾ ਰਿਹਾ ਹੈ। ਉਹਦੇ ਵਿੱਚ ਇੱਕ ਗੱਲ ਵੱਡੀ ਇਹ ਬਣ ਰਹੀ ਹੈ ਕਿ ਜਿਹੜਾ ਜਿਹੜੀ ਪਾਈਪ ਲੀਕੇਜ ਤੇ ਜਿਹੜਾ ਦੂਜਾ ਹਿੱਸਾ ਇਹਦਾ ਜਿਹਦੇ ਚ ਕਿਹਾ ਜਾਂਦਾ ਕਿ ਇਹ ਟੈਂਕਰ ਮਾਫੀਏ ਨੂੰ ਜਿਹੜਾ ਹੈ ਪ੍ਰੋਟੈਕਟ ਕਰਦੇ ਨੇ ਇਹ ਲੋਕ, ਇਸ ਕਰਕੇ ਇਹ ਕਾਫੀ ਜ਼ਿਆਦਾ ਬਦਨਾਮੀ ਦਾ ਕਾਰਨ ਬਣੀ ਹੋਈ ਹੈ। ਖੈਰ ਆਪਾਂ ਅੱਗੇ ਵਧੀਏ। ਹਰਿਆਣਾ ਚ ਇੱਕ ਵਾਰ ਇਉਂ ਨਜ਼ਰ ਆਉਂਦਾ ਸੀ ਕਿ ਜਿਹੜੀ ਉੱਥੋਂ ਦੀ ਨੈਬ ਸਿੰਘ ਸੈਣੀ ਦੀ ਸਰਕਾਰ ਆ ਉਹ ਖਤਰੇ ਚ ਹੈ, ਪਰ ਉਹ ਖਤਰਾ ਹੁਣ ਟਲਦਾ ਨਜ਼ਰ ਆਉਂਦਾ। ਹੁਣ
ਇੱਕ ਐਮਐਲਏ ਹੋਰ ਤੋਂ ਦੀ ਗਈ ਹੈ ਕਾਂਗਰਸ ਦੀ। ਕਾਂਗਰਸ ਦੀ ਐਮਐਲਏ ਹੈ ਕਿਰਨ ਚੌਧਰੀ। ਕਿਰਨ ਚੌਧਰੀ ਜਿਹੜੀ ਇਹ ਬਾਂਸੀ ਲਾਲ ਦੀ ਨੂੰਹ ਹੈ। ਬਾਂਸੀ ਲਾਲ ਕਿਸੇ ਟਾਈਮ ਸੰਜੇ ਗਾਂਧੀ ਦੇ ਟਾਈਮ ਬੜਾ ਪਾਪੂਲਰ ਤੇ ਬੜਾ ਸਟਰੋਂਗ ਲੀਡਰ ਸੀ। ਯਾਨੀ ਉਹ ਜਿਹੜੀ ਐਮਰਜੈਂਸੀ ਦੌਰਾਨ ਜਾਤੀਆਂ ਹੋਈਆਂ ਉਹਦਾ ਉਹਦੀ ਜ਼ਿੰਮੇਵਾਰੀ ਬਹੁਤ ਵਾਰ ਇਹਦੇ ਸਿਰ ਪਾਈ ਜਾਂਦੀ ਸੀ ਤੇ ਉਦੋਂ ਇਹ ਗ੍ਰਹਿ ਮੰਤਰੀ ਹੁੰਦਾ ਸੀ। ਤੋ ਇਹ ਇੰਦਰਾ ਗਾਂਧੀ ਜਾਂ ਸੰਜੇ ਗਾਂਧੀ ਦੇ ਟਾਈਮ ਕਾਫੀ ਜ਼ਿਆਦਾ ਪਾਪੂਲਰ ਉਹਦੀ ਨੂੰਹ ਬਾਂਸੀ ਲਾਲ ਦੀ ਤੇ ਉਹਦੀ ਪੋਤੀ ਸਵਿਤੀ। ਇਹ ਦੋਨੇ ਜਦੋਂ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਇਹ ਦਿੱਲੀ ਪਹੁੰਚ ਚੁੱਕਿਆ ਹੋਣਗੀਆਂ ਤੇ 10 ਵਜੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਕਮਲ ਦਾ ਫਲ ਫੜ ਲਿਆ ਔਰ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਣੀ ਹੈ। ਖੜਗੇ ਸਾਹਿਬ ਨੂੰ ਅਸਤੀਫਾ ਲਿਖਿਆ ਦੋਨਾਂ ਨੇ ਔਰ ਇਹ ਲਿਖਿਆ ਕਿ ਜਿਹੜੀ ਹੁੱਡਾ ਦੇ ਜ਼ਿਆਦਾ ਖਿਲਾਫ ਗੱਲ ਜਾਂਦੀ ਹੈ। ਕਹਿੰਦੇ ਇਹ ਆਪਣੀ ਜ਼ਹੀਰ ਵਾਂਗੂ ਚਲਾ ਰਹੇ ਨੇ ਹਰਿਆਣੇ ਦੀ ਕਾਂਗਰਸ ਨੂੰ। ਮੈਨੂੰ ਬੜਾ ਦੁੱਖ ਹੈ 40 ਸਾਲ ਮੈਂ ਕਾਂਗਰਸ ਰਹੀ ਤੇ ਮੈਂ ਛੱਡ ਕੇ ਜਾ ਰਹੀ ਹਾਂ। ਵੈਸੇ ਰੌਲਾ ਤਾਂ ਉਹਦੇ ਸ਼ੁਰੂ ਹੋ ਗਿਆ ਸੀ ਜਦੋਂ ਭਵਾਨੀ ਮਹਿੰਦਰਗੜ੍ਹ ਤੋਂ ਟਿਕਟ ਮਿਲੀ ਸੀ ਸਵਿਤੀ ਲਈ ਉਹਦੀ ਬੇਟੀ ਲਈ। ਉਹਦੀ ਬਜਾਏ ਹੁੱਡਾ ਸਾਹਿਬ ਨੇ ਆਪਣੇ ਕਿਸੇ ਨਜ਼ਦੀਕੀ ਨੂੰ ਟਿਕਟ ਦਿੱਤੀ ਸੀ ਤੇ ਇਸ ਕਰਕੇ ਰੌਲਾ ਰੌਪਾ ਉਹਦੀ ਪੈ ਗਿਆ ਸੀ। ਤੇ ਹੁਣ ਇਹ ਪਤਾ ਲੱਗਿਆ ਇਹ ਸੌਦਾ ਹੋਇਆ ਕਿ ਤੁਸੀਂ ਆ ਜਾਓ ਸਾਡੇ ਚ ਤੇ ਜਿਹੜੀ ਟਾਈਮ ਰਹਿੰਦਾ ਉਹ ਸਰਕਾਰ ਬਚੀ ਰਹੂਗੀ ਤੇ ਉਸ ਕਾਰਨ ਇਹ ਜਿਹੜੇ ਰਾਜ ਸਭਾ ਦੇ ਵਿੱਚ ਭੇਜ ਦਾਂਗੇ ਇਹ ਕਿਹਾ ਗਿਆ ਹੈ। ਖੈਰ ਆਪਾਂ ਅੱਗੇ ਵਧੀਏ। ਦੇਖੋ ਗੱਲ ਇਹ ਹੈ ਕਿ ਸੁੱਖੂ ਸਾਹਿਬ ਸੁਖਵਿੰਦਰ ਸੁੱਖ ਜਿਹੜੇ ਹੈਗੇ ਨੇ ਹਿਮਾਚਲ ਦੇ ਮੁੱਖ ਮੰਤਰੀ ਉਹ ਕਾਫੀ ਵੋਕਲ ਨੇ। ਉਹਨਾਂ ਨੇ ਕੱਲ੍ਹ ਇੱਕ ਜਿਹੜਾ ਹੈ ਗੱਲ ਕਹੀ ਕਹਿੰਦੇ ਜਿਹੜਾ ਪੰਜਾਬ ਹੈ ਇਹ ਸਾਡਾ ਵੱਡਾ ਭਰਾ ਹੈ। ਇਹ ਕਿਵੇਂ ਹੋ ਸਕਦਾ ਸੀ ਪੰਜਾਬੀਆਂ ਨਾਲ ਸਾਡੇ ਲੋਕਾਂ ਦੀ ਨਫ਼ਰਤ ਇਹ ਪੋਸੀਬਲ। ਪੰਜਾਬੀਆਂ ਖਾ ਕੋਈ ਵੀ ਆਉਂਦਾ ਸਾਡੇ ਹਿਮਾਚਲ ਦੇ ਵਿੱਚ ਉਹ ਟੂਰਿਸਟ ਸਾਡੇ ਲਈ ਬੜਾ ਸਤਿਕਾਰਯੋਗ ਹੈ। ਮੈਂ ਆਪਣੇ ਨੌਜਵਾਨਾਂ ਨੂੰ ਵੀ ਕਹਿਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜੇ ਕਹਿੰਦੇ ਮੈਨੂੰ ਤਾਂ ਅਖਬਾਰ ਤੋਂ ਪਤਾ ਲੱਗਿਆ ਸੀ ਜੋ ਕੁਛ ਹੋਇਆ ਸੀ ਖਜਿਆਰ NRI ਜੋੜੇ ਨਾਲ ਜੇ ਹੋਇਆ ਵੈਸੇ ਕੋਈ ਜ਼ਿਆਦਾ ਵੱਡੀ ਘਟਨਾ ਨਹੀਂ ਮੈਂ ਇਹਦੀ ਜਾਂਚ ਕਰਵਾ ਰਿਹਾ। ਪਰ ਇਹ ਗੱਲ ਹਾਲਾਂਕਿ ਉਦੋਂ ਬਾਅਦ ਇਹਨਾਂ ਦੀ ਪੁਲਿਸ ਨੇ ਕਹਿਤਾ ਸੀ ਕਿ ਉਹ ਮਸਲਾ ਹੀ ਕੋਈ ਹੋਰ ਸੀ। ਜੋ ਵੀ ਹੈ ਸੁੱਖੂ ਨੇ ਇੱਕ ਵਾਰ ਫੇਰ ਪੰਜਾਬੀਆਂ ਨੂੰ ਯਕੀਨ ਦਵਾਇਆ ਕਿ ਹਿਮਾਚਲ ਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋਊਗਾ। ਦੇਖੋ ਮੈਂ ਦੋ ਖ਼ਬਰਾਂ ਤੁਹਾਨੂੰ ਕਿਹਾ ਸੀ ਕਿ ਸੋਸ਼ਲ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਲੁਧਿਆਣਾ ਦੀ ਖ਼ਬਰ ਹੈ ਬਲਵਿੰਦਰ ਸਿੰਘ ਭੁੱਲਰ ਨਾਂ ਦਾ DSP ਰਿਟਾਇਰ ਹੋਇਆ ਸੀ 23 ਦੇ ਵਿੱਚ। ਉਹ ਰਹਿੰਦਾ ਸੀ ਸਰਾਭਾ ਨਗਰ ਦਾ ਗ੍ਰੀਨ ਐਵਨਿਊ ਉੱਥੇ। ਇਹ ਦੇਖੋ ਵੈਸੇ ਤਾਂ ਮਾਨਸਿਕ ਤੌਰ ਤੇ ਤਾਂ ਪਤਾ ਲੱਗਦਾ ਵੀ ਗੜਬੜ ਸੀ ਕਿਉਂਕਿ ਬੱਚੇ ਤੇ ਪਤਨੀ ਉਹ ਤਾਂ ਰਹਿ ਰਹੇ ਸੀ ਕੈਨੇਡਾ ਤੇ ਇਹ ਆਪਦੇ ਮਾਪਿਆਂ ਕੋਲ ਇੱਥੇ ਰਹਿ ਰਿਹਾ ਸੀ। ਵੈਸੇ ਮੈਨੂੰ ਨੀ ਪਤਾ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਇਹਦੇ ਜਿਹੜੀ ਬਲਵਿੰਦਰ ਸਿੰਘ ਭੁੱਲਰ ਦੇ ਕੇਸ ਚ ਆਮ ਤੌਰ ਤੇ ਮੈਂ ਕਈ ਕੇਸ ਜਾਣਦਾ ਜਿਹਦੇ ਚ ਬੱਚੇ ਆਉਣ ਤੋਂ ਇਨਕਾਰੀ ਨੇ ਇੰਡੀਆ ਤੇ ਬੱਚਿਆਂ ਦੀ ਮਾਂ ਵੀ ਬੱਚਿਆਂ ਨਾਲ ਰਹਿਣਾ ਚਾਹੁੰਦੀ ਹੈ ਤੇ ਬੰਦਾ ਇਕੱਲਾ ਇੰਡੀਆ ਵਾਪਸ ਆ ਜਾਂਦਾ। ਉਹ ਬੰਦਾ ਸੋਚਦਾ ਕਿ ਮੈਂ ਇਹ ਕਹਿ ਕੇ ਗਿਆ ਸੀ ਕਿ ਮੈਂ ਭਾਰਤ ਜਾਊ ਇੱਥੇ ਕੈਨੇਡਾ ਜਾਂ ਅਮਰੀਕਾ ਜਾਊ ਪੈਸਾ ਕਮਾਊ ਤੇ ਇੰਡੀਆ ਵਾਪਸ ਆਊ ਤੇ ਉਹ ਬੱਚੇ ਕਹਿੰਦੇ ਨੇ ਤੂੰ ਜਾਣਾ ਜਾ ਸਾਡਾ ਤਾਂ ਕੰਟਰੀ ਇਹੀ ਹੈ।
ਇਹ ਵੀ ਕਾਰਨ ਹੁੰਦੇ ਨੇ ਮਾਨਸਿਕ ਪਰੇਸ਼ਾਨੀ ਦੇ। ਕੋਈ ਹੋਰ ਵੀ ਕਾਰਨ ਹੋਣਗੇ, ਕੁਛ ਵੀ ਹੋਣਗੇ, ਇਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ, ਮਾੜੀ ਗੱਲ ਹੈ। ਹਾਲੇ ਉਮਰ ਵੀ ਕੀ ਹੈ, 60 ਸਾਲ ਦੀ ਉਮਰ ਹੋਈ ਸੀ ਤੇ 58 ਸਾਲ ਦਾ ਰਿਟਾਇਰ ਹੁੰਦਾ ਬੰਦਾ, ਤੇ 60 ਸਾਲ ਦੇ ਵਿੱਚ ਚਲਿਆ ਗਿਆ, ਮਾੜੀ। ਪਟਿਆਲਾ ਦੇ ਲਾਗੇ ਹਲਕਾ ਕਨੌਰ ਹੈ ਤੇ ਪਿੰਡ ਹੈ ਚਮਾਰ, ਉੱਥੇ ਇੱਕ ਬਾਬਾ ਭਗਵੰਤ ਸਿੰਘ, ਉਸ ਬੰਦੇ ਨੂੰ ਪੁਲਿਸ ਨੇ ਇਸ ਕਰਕੇ ਬੁਲਾਇਆ ਕਿ ਇੱਕ ਬੰਦਾ ਲਾਪਤਾ ਹੈ, ਗੁਰਸੇਵਕ ਸਿੰਘ, 19 ਸਾਲ ਦਾ ਨੌਜਵਾਨ ਹੈ, 13 ਜੂਨ ਤੋਂ ਉਹਦਾ ਪਤਾ ਨੀ ਲੱਗ ਰਿਹਾ ਕਿੱਥੇ ਹੈ। ਤੇ ਇਸ ਬਾਬੇ ਨੂੰ ਉਹਨਾਂ ਨੇ ਬੁਲਾ ਲਿਆ, ਇਸ ਚੱਕਰ ਚ ਬਹਾਦਰਗੜ੍ਹ ਪੈਂਦੀ ਹੈ ਪੁਲਿਸ ਚੌਕੀ, ਤੇ ਇਹ ਰੰਜ ਬਣ ਗਿਆ, ਗੁੱਸਾ ਬਣ ਗਿਆ, ਬੇਇੱਜ਼ਤੀ ਬਣ ਗਿਆ, ਜੋ ਮਰਜ਼ੀ ਤੁਸੀਂ ਲਾਓ। ਕਿਹਾ ਇਹ ਜਾ ਰਿਹਾ ਕਿ ਉਹਦੇ ਘਰ ਦੇ ਉੱਤੇ ਗਿਆ, ਉੱਥੇ ਤਾਰਾਂ ਜਿਹੜੀਆਂ ਜਾ ਰਹੀਆਂ ਸੀ, ਹਾਈ ਵੋਲਟੇਜ ਲੱਗਿਆ, ਤਾਰਾਂ ਨੂੰ ਹੱਥ ਲਾਇਆ ਤੇ ਆਪਣੇ ਆਪ ਨੂੰ ਖਤਮ ਕਰ ਲਿਆ। ਮਾੜੀਆਂ ਖ਼ਬਰਾਂ ਨੇ ਇਹ ਦੋਨੇ। ਔਰ ਇੱਕ ਬਜੀਠੀਆ ਸਾਹਿਬ ਲਈ ਚੰਗੀ ਖ਼ਬਰ ਇਹ ਹੈ ਕਿ ਹਾਈ ਕੋਰਟ ਨੇ ਉਹਨਾਂ ਨੂੰ ਦਿੱਤੀ ਰਾਹਤ, ਸਿੱਟ ਨੇ ਉਹਨਾਂ ਨੂੰ ਫੇਰ ਬੁਲਾਇਆ ਸੀ ਤੇ ਹੁਣ ਹਾਈ ਕੋਰਟ ਕਹਿੰਦੀ ਵੀ ਹਾਲੇ 8 ਜੁਲਾਈ ਤੱਕ ਇਹਨਾਂ ਨੂੰ ਨਹੀਂ ਪੁੱਛਣਾ। ਤੇ ਇੱਕ ਖ਼ਬਰ ਹੋਰ ਲੈ ਕੇ ਤੁਹਾਡੇ ਲੈਣਾ ਆ ਗਿਆ, ਇਹ ਖ਼ਬਰ ਹੈ ਮੀਥਿਆ ਨਾਲ ਸੰਬੰਧਿਤ, ਗੁਰਮੀਤ ਸਿੰਘ ਮੀਥਿਆ, ਖੇਡ ਮੰਤਰੀ ਪੰਜਾਬ ਦੇ ਤੇ ਹੁਣ ਲੋਕ ਸਭਾ ਦੇ ਮੈਂਬਰ ਸੰਗਰੂਰ ਤੋਂ, ਬਰਨਾਲੇ ਦਾ ਇਹ ਨੌਜਵਾਨ, ਬੀਟੈਕ ਨੌਜਵਾਨ, ਵਧੀਆ, ਹਾਲੇ ਤੱਕ ਦੋਨੇ ਵਾਰ MLA ਵੀ ਜਿੱਤਿਆ ਤੇ ਪਹਿਲੀ ਲੋਕ ਸਭਾ ਦੀ ਚੋਣ ਵੀ ਜਿੱਤ ਗਿਆ। ਪਰ ਇਉਂ ਲੱਗਦਾ, ਸੱਚੀ ਗੱਲ ਹੈ ਕਿ ਮੰਤਰੀ ਹੋਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਕਿ ਲੋਕ ਸਭਾ ਦੇ ਮੈਂਬਰ ਨਾਲੋਂ ਵੱਡੀ ਗੱਲ ਹੈ। ਤੇ ਬਹੁਤ ਵਾਰ ਉਹ ਕਹਿੰਦੇ ਨੇ ਚਿੱਤ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ, ਸ਼ਾਇਦ ਔਖਾ ਸੀ। ਪਹਿਲੇ ਮੰਤਰੀ ਜਿਹੜੇ ਪਹਿਲੇ ਮੈਂਬਰ ਨੇ ਉਹ ਅਸਤੀਫਾ ਦੇ ਗਏ, ਇਹਨਾਂ ਨੇ ਵਿਧਾਇਕੀ ਤੋਂ ਕੱਲ ਅਸਤੀਫਾ ਦਿੱਤਾ ਤੇ ਹੁਣ ਇਹ ਲੋਕ ਸਭਾ ਦੇ ਮੈਂਬਰ ਹੀ ਰਹਿ ਗਏ ਨੇ ਮੀਥਿਆ ਸਾਹਿਬ। ਸੋ ਪਿਆਰੇ ਦਰਸ਼ਕੋ, ਖ਼ਬਰਾਂ ਦਾ ਸਿਲਸਿਲਾ ਕਰਦੇ ਹਾਂ ਸਮਾਪਤ, ਮਿਲਦੇ ਹਾਂ ਕੱਲ ਸਵੇਰੇ 8:40 ਖ਼ਬਰ ਤੇ ਨਜ਼ਰ। ਖਬਰ ਤੇ ਨਜ਼ਰ, ਹਾ ਹਾ।